ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲੈ ਤਬ ਬਿਸ਼ਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾਏ ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਦੇ ਸਨਮਾਨਯੋਗ ਮਾਤਾ ਜੀ ਔਰ ਗੁਰਦੇਵ ਜੀ ਦੇ ਛੋਟੇ ਸਾਹਿਬਜ਼ਾਦੇ ਉਹਨਾਂ ਦੀ ਚਰਨ ਛੂ ਪ੍ਰਾਪਤ ਇਹ ਜ਼ਮੀਨ ਔਰ ਉਹ ਧਰਤੀ ਜਿਸ ਉੱਪਰ ਇੱਕ ਸਿਦਕ ਇੱਕ ਆਤਮ ਵਿਸ਼ਵਾਸ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਸ਼ਬਦ ਦੀ ਬਖਸ਼ਿਸ਼ ਨੇ ਕਲਗੀਆਂ ਵਾਲੇ ਦੇ ਅੰਮ੍ਰਿਤ ਨੇ ਇਹ ਅਦੁੱਤੀ ਕਰਾਮਾਤ ਦਿਖਾ ਦਿੱਤੀ ਕਿ ਉਮਰ ਭਾਵੇਂ ਸੰਸਾਰਕ ਤੌਲ 'ਤੇ ਬਾਲ ਹੋਵੇ ਪਰ ਜਿਸ ਅੰਦਰ ਦ੍ਰਿੜਤਾ ਅਡੋਲਤਾ ਸ਼ਬਦ ਨਾਮ ਗੁਰੂ ਬਖਸ਼ੀਸ਼ ਟਿਕ ਜਾਏ ਉਸ ਨੂੰ ਅਨੇਕਾਂ ਡਰਾਵੇ ਅਨੇਕਾਂ ਲਾਲਚ ਔਰ ਅਨੇਕਾਂ ਤਰ੍ਹਾਂ ਦੇ ਪ੍ਰਮਾਣ ਵਾਸਤੇ ਯਤਨ ਕੀਤੇ ਜਾਣ ਉਸ ਦਾ ਅੰਦਰ ਅਡੋਲ ਹੈ ਅਤੇ ਉਹ ਨੀਹਾਂ ਵਿੱਚ ਖਲੋਤੇ ਅਡੋਲਤਾ ਨਾਲ ਸ਼ਹਾਦਤ ਦਾ ਜਾਮ ਪੀ ਜਾਂਦੇ ਉਸ ਧਰਤੀ ਨੂੰ ਨਮਸਕਾਰ ਕਰਨ ਆਪਾਂ ਆਏ ਹਾਂ
ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਗੁਰੂ ਸਵਾਰਿਆਂ ਨੇ ਅੰਮ੍ਰਿਤ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਾਇਆ ਹੈ। ਕੱਲ੍ਹ ਰਾਤ ਦਾ ਦੀਵਾਨ ਸੀ ਚਮਕੌਰ ਸਾਹਿਬ, ਉੱਥੇ ਗੁਰੂ ਇਤਿਹਾਸ ਦੀ ਸ਼ਹੀਦਾਂ ਦੀ ਇਹਨਾਂ ਅਸਥਾਨਾਂ ਨਾਲ ਸੰਬੰਧਿਤ ਲੜੀ ਦੀ ਪ੍ਰਾਰੰਭਤਾ ਕੀਤੀ ਸੀ। ਅੱਜ ਇਸ ਅਸਥਾਨ 'ਤੇ ਫਤਿਹਗੜ੍ਹ ਸਾਹਿਬ ਉਹਨਾਂ ਮਹਾਨ ਬਾਬਿਆਂ ਦੇ ਅਦੁੱਤੀ ਕਾਰਨਾਮੇ ਨੂੰ, ਉਹਨਾਂ ਦੀ ਸ਼ਹਾਦਤ ਨੂੰ, ਉਹਨਾਂ ਦੀ ਦ੍ਰਿੜਤਾ ਨੂੰ ਚੇਤੇ ਕਰਕੇ ਅਸੀਂ ਆਪਣੀ ਝੋਲੀ ਫੈਲਾ ਕੇ ਇਸ ਦਰ ਤੋਂ ਸਿੱਖੀ ਦਾ ਦਾਨ ਅੱਜ ਮੰਗ ਲਈਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਜੀ ਬਖਸ਼ੋ ਇਕਾਗਰਤਾ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਸਾਨੂੰ ਇਹ ਦੱਸਿਆ ਹੈ ਕਿ ਇਨਸਾਨ ਨੇ ਜ਼ਿੰਦਗੀ ਕਿਵੇਂ ਜੀਣੀ ਹੈ ਅਤੇ ਸ਼ਹੀਦਾਂ ਦੀ ਤਵਾਰੀਖ ਨੇ ਦੱਸਿਆ ਹੈ ਕਿ ਸਮਾਂ ਬਣ ਆਵੇ ਤਾਂ ਮੌਤ ਨੂੰ ਕਿਵੇਂ ਪ੍ਰਵਾਨ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖੀ ਦੀ ਬੁਨਿਆਦ ਹੈ ਅਤੇ ਕੁਰਬਾਨੀ ਸਿੱਖੀ ਦਾ ਕਲਸ਼ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਸਾਡੀ ਨੀਂਹ ਹੈ ਅਤੇ ਸ਼ਹਾਦਤ ਸਿੱਖੀ ਦਾ ਗੁੰਬਦ ਹੈ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਵਿੱਚ ਆਪਣੇ ਦੋ ਵੱਡੇ ਸਾਹਿਬਜ਼ਾਦੇ, ਪੰਜਾਂ ਪਿਆਰਿਆਂ ਵਿੱਚੋਂ ਤਿੰਨ ਪਿਆਰੇ, ਜਾਨ ਤੋਂ ਅੱਤ ਦੇ ਪਿਆਰੇ ਸਿੱਖ ਜੋ ਸ਼ਹਾਦਤ ਦਾ ਜਾਮ ਪੀ ਗਏ ਅਤੇ ਹਜ਼ੂਰ ਨੇ ਖਾਲਸਾ ਪੰਥ ਦੇ ਸਿਧਾਂਤ ਨੂੰ, ਉਸ ਸੁਨਹਿਰੀ ਅਸੂਲ ਨੂੰ ਚਮਕੌਰ ਦੀ ਗੜੀ ਦੇ ਵਿੱਚ ਪ੍ਰਤੱਖ ਗਰਤ ਕਰ ਦਸਾਇਆ ਕਿ ਪੰਜਾਂ ਵਿੱਚ ਗੁਰੂ ਵਰਤਦਾ ਹੈ। ਚਮਕੌਰ ਦੀ ਗੜੀ ਤੋਂ ਹਜ਼ੂਰ ਮਾਛੀਵਾੜੇ ਆਏ ਨੇ। ਭਾਵੇਂ ਤਵਾਰੀਖ ਇਤਿਹਾਸ ਦੇ ਪੰਨੇ ਆਪ ਜੀ ਨੇ ਪੜ੍ਹੇ ਨੇ, ਆਪ ਜੀ ਨੇ ਅਨੇਕਾਂ ਵਾਰੀ ਸੁਣੇ ਨੇ, ਪਰ ਇਸ ਦਰਬਾਰ ਦੇ ਉੱਪਰ ਗੁਰੂ ਕੇ ਲਾਲਾਂ ਦੀ ਆਪਣੇ ਬਾਬਿਆਂ ਦੇ ਚਰਨਾਂ ਦੀ ਧੂੜ ਲੈਣ ਲਈ ਉਸ ਇਤਿਹਾਸ ਨੂੰ ਇਸ ਕਰਕੇ ਤਾਜ਼ਾ ਕਰਨਾ ਚਾਹੁੰਦਾ ਵਾਂ ਕਿ ਕਿਤੇ ਅੰਦਰ ਵਾਲਾ ਗਾਫਲਤਾਈ, ਅਚੇਤਤਾ ਅਤੇ ਵਾਸ਼ਨਾ ਦੀ ਨੀਂਦ ਤੋਂ ਉੱਪਰ ਉੱਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨੂੰ ਅਤੇ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਆਪਣੇ ਜ਼ਿਹਨ ਵਿੱਚ ਬਿਠਾ ਸਕੇ। ਕੱਲ੍ਹ ਅਰਜ਼ ਕੀਤੀ ਪਰਿਵਾਰ ਦੇ ਤਿੰਨ ਕਿੱਸੇ ਕੀਤੇ, ਆਪਾਂ ਸਿਰਫ ਇਸ ਠੰਡੇ ਬੁਰਜ ਤੱਕ ਆ ਜਾਈਏ ਅਤੇ ਇਹਨਾਂ ਨੀਹਾਂ ਤੱਕ। ਹਜ਼ੂਰ ਦੇ ਸਨਮਾਨਯੋਗ ਮਾਤਾ ਜੀ, ਆਪ ਸਭ ਨੂੰ ਪਤਾ ਹੈ ਕਿ ਦੋਨੋਂ ਸਾਹਿਬਜ਼ਾਦੇ ਜਦੋਂ ਅਨੰਦਪੁਰ ਛੱਡਿਆ, ਬਾਬਾ ਜ਼ੋਰਾਵਰ ਸਿੰਘ ਪਿੱਛੇ ਸਨ ਘੋੜੇ ਦੇ, ਮਾਤਾ ਜੀ ਜਿਸ ਘੋੜੇ 'ਚ ਬੈਠੇ ਨੇ, ਬਾਬਾ ਜ਼ੋਰਾਵਰ ਸਿੰਘ ਜੀ ਨੇ ਪਿੱਛੋਂ ਮਾਤਾ ਜੀ ਦੇ ਪਵਿੱਤਰ ਬਦਨ ਨੂੰ ਦੇਖਿਆ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਮਾਤਾ ਜੀ ਨੇ ਆਪਣੇ ਅੱਗੇ ਬਿਠਾਇਆ ਸੀ। ਦੋਨੋਂ ਪੋਤੇ ਸਰਸਾ ਪਾਰ ਕੀਤੀ। ਠੀਕ ਹੈ, ਦੂਨਾ ਸਿੰਘ ਹੰਡੋਰੀਏ ਨੇ ਕਥਾ ਗੁਰੂ ਸੁਤਨ ਕੀ, ਉਹਦੇ ਵਿੱਚ ਇਤਿਹਾਸ ਦੀਆਂ ਕੁਝ ਕੁ ਗੱਲਾਂ ਦਾ ਵੱਖਰਾ ਜਿਹਾ ਜ਼ਿਕਰ ਕੀਤਾ, ਪਰ ਆਪਾਂ ਉਸ ਗੱਲ ਨੂੰ ਛੂਹਣ ਦੀ ਥਾਂ ਜੋ ਸਾਡੀ ਰਵਾਇਤ ਹੈ ਇਸ ਅਸਥਾਨ ਦੀ, ਅਸੀਂ ਉਹਨੂੰ ਹੀ ਸੱਤ ਕਰਕੇ ਮੰਨਣਾ ਹੈ ਜੋ ਸਾਡੀ ਤਵਾਰੀ ਕਹਿ ਰਹੀ ਹੈ, ਬਜਾਏ ਕਿ ਕੋਈ ਨਵੀਂ ਸ਼ੋਸ਼ਾ ਛੱਡਣ ਦੇ। ਕਿਉਂਕਿ ਭਾਈ ਸਾਹਿਬ ਜਾਣਦੇ ਆ ਕਿ ਉੱਥੇ ਉਸ ਗ੍ਰੰਥ ਵਿੱਚ ਕੁਝ ਹੋਰ ਤਰੀਕੇ ਨਾਲ ਲਿਖਿਆ ਹੈ। ਠੀਕ ਹੈ, ਉਹਦਾ ਆਪਣੇ ਵਿਚਾਰ ਨੇ, ਕੁਝ ਵਿਦਵਾਨਾਂ ਨੇ ਉਹਨੂੰ ਸਵੀਕਾਰਿਆ ਵੀ, ਪਰ ਮਾਤਾ ਜੀ
ਅਤੇ ਦੋਨੋਂ ਸਾਹਿਬਜ਼ਾਦੇ ਗੰਗੂ ਆਪਣੇ ਘਰ ਵਿੱਚ ਲੈ ਆਇਆ ਹੈ। ਇਹ ਇਤਿਹਾਸ ਕਹਿੰਦਾ ਮਾਤਾ ਜੀ ਕੋਲ ਧਨ ਵਾਲੀ ਖੁਰਜੀ ਹੈ, ਪੈਸੇ ਨੇ, ਉਹਨੇ ਦੋਨਾਂ ਸਾਹਿਬਜ਼ਾਦਿਆਂ ਨੂੰ, ਸਨਮਾਨਯੋਗ ਮਾਤਾ ਜੀ ਨੂੰ ਆਪਣੇ ਘਰ ਵਸੇਬਾ ਦਿੱਤਾ, ਭੋਜਨ ਛਕਾਇਆ। ਇੱਥੇ ਅੱਲਾ ਯਾਰ ਖਾਂ ਜੋਗੀ ਨੇ ਕੁਝ ਬਚਨ ਲਿਖੇ ਨੇ, ਬਚਨ ਕਹਿ ਲਾਂ ਜਾਂ ਉਹਦੇ ਅੰਦਰ ਦੇ ਖਿਆਲ ਸ਼ਬਦ ਵਰਤ ਲਈਏ। ਕਹਿੰਦਾ ਮਾਤਾ ਜੀ ਮੰਜੇ ਦੇ ਉੱਪਰ ਲੇਟੇ ਨੇ, ਬਾਬਾ ਫਤਿਹ ਸਿੰਘ ਜੀ, ਵਾਹਿਗੁਰੂ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਾਂ ਦੇ ਇੱਕ ਖੱਬੇ ਅਤੇ ਇੱਕ ਸੱਜੇ ਬੈਠੇ ਨੇ, ਦਾਦੀ ਵਿੱਚ ਨੇ। ਪੁੱਛਦੇ ਨੇ ਕਿ ਮਾਂ ਕਿ ਅਨੰਦਪੁਰ ਸਾਹਿਬ ਤੋਂ ਚੱਲੇ ਸਾਂ, ਪਿਤਾ ਜੀ ਨਾਲ ਸਨ, ਇਹਨੂੰ ਇਕੱਲੇ ਜਜ਼ਬਾਤ ਜਾਂ ਭਾਵੁਕਤਾ ਨਾ ਸਮਝਿਓ, ਜਜ਼ਬਾਤਾਂ ਤੋਂ ਬਿਨਾਂ ਕੌਮ ਕੁਰਬਾਨੀ ਨਹੀਂ ਕਰ ਸਕਦੀ ਅਤੇ ਕੁਰਬਾਨੀਆਂ ਤੋਂ ਬਿਨਾਂ ਕੌਮ ਕਦੀ ਜਿੰਦਾ ਨਹੀਂ ਰਹਿ ਸਕਦੀ। ਪੜ੍ਹਿਆ ਲਿਖਿਆ ਕਹੇਗਾ ਜਜ਼ਬਾਤ ਨੇ, ਇਹ ਭਾਵੁਕਤਾ ਹੈ, ਚੇਤੇ ਰੱਖਿਓ ਭਾਵੁਕਤਾ ਹੀ ਗੁਰੂ ਤੋਂ ਕੁਰਬਾਨ ਕਰਾਉਂਦੀ ਏ। ਅਤੇ ਜਿਹੜਾ ਬੰਦਾ ਇਹ ਸੋਚਣ ਲੱਗ ਪਵੇ ਕਿ ਅਜੇ ਚਾਰ ਦਿਨ ਕੱਢ ਲਓ, ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਵਿਧਵਤਾ ਦਿਮਾਗੀ ਗਿਆਨ ਜਿਹੜਾ ਹੈ ਉਹ ਸੋਚ ਵਿੱਚ ਪਾ ਦਿੰਦਾ ਹੈ, ਅਤੇ ਭਾਵਨਾ ਜਜ਼ਬਾਤ ਅਤੇ ਅੰਦਰ ਦੀ ਭਾਵੁਕਤਾ ਪਤੰਗੇ ਦੀ ਤਰ੍ਹਾਂ ਕੁਰਬਾਨ ਕਰਵਾ ਦਿੰਦੀ ਹੈ। ਉੱਥੇ ਮਾਂ ਨੂੰ ਪੁੱਛਦੇ ਨੇ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਕਿਉਂਕਿ ਦੋਨੋਂ ਲਾਲ ਸਿਪਾਹੀਆਂ ਵਿੱਚ ਰਹਿੰਦੇ ਨੇ, ਸਿੰਘਾਂ ਦਾ ਜ਼ਿਕਰ ਕਰ ਰਹੇ ਨੇ। ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ, ਦਰਿਆ ਪੇ ਖੰਭ ਕੋ ਛੋੜ ਕੇ ਰਾਹੀ ਕਿੱਧਰ ਗਏ, ਤੜਪਾ ਕੇ ਖਾਏ ਸੂਰ ਤੇ ਮਾਹੀ ਕਿੱਧਰ ਗਏ, ਅੱਬਾ ਬਘਾ ਕੇ ਲਸ਼ਕਰੇ ਸ਼ਾਹੀ ਕਿੱਧਰ ਗਏ। ਕਿ ਮਾਂ ਆਪਣੇ ਪਿਆਰੇ ਸਿੱਖ ਨਹੀਂ ਨਜ਼ਰ ਆਏ, ਸਰਸਾ ਦੇ ਕਿਨਾਰੇ ਤੇ ਜੰਗ ਹੋਇਆ, ਪਿਤਾ ਜੀ ਨੇ ਸ਼ਾਹੀ ਫੌਜ ਨੂੰ ਦੌੜਾਇਆ, ਉਹ ਸਿੱਖ ਪਿਤਾ ਜੀ ਕਿਹੜੇ ਪਾਸੇ ਚਲੇ ਗਏ। ਅਤੇ ਨਾਲ ਉਹਨੇ ਖਿਆਲ ਦਿੱਤੇ ਨੇ, ਬਾਬਾ ਫਤਿਹ ਸਿੰਘ ਕਹਿਣ ਲੱਗਾ ਭਾਈ ਵੀ ਖੰਮ ਕੋ ਭੁੱਲ ਗਏ ਜੋ ਕਿ ਜੰਗ ਮੈਂ, ਸਾਨੂੰ ਵੱਡੇ ਵੀਰ ਵੀ ਸ਼ਾਇਦ ਜੰਗ ਦੇ ਚਾਅ ਵਿੱਚ ਭੁੱਲ ਗਏ ਨੇ। ਭਾਈ ਵੀ ਖੰਮ ਕੋ ਭੁੱਲ ਗਏ ਜੋ ਕਿ ਜੰਗ ਮੈਂ, ਆਪਣਾ ਖਿਆਲ ਤੱਕ ਨਹੀਂ ਜੋ ਕਿ ਤੂਫੰਗ ਮੈਂ। ਬੈਠਿਆਂ ਬੈਠਿਆਂ ਰਾਤ ਨੂੰ ਕਹਿੰਦੇ ਨੇ ਆਖਰ ਸਾਨੂੰ ਮਿਲਣਗੇ ਤਾਂ ਜ਼ਰੂਰ ਨਾ, ਅੱਜ ਵੀ ਛੋੜਾਂ ਪਿਆ ਹੈ, ਜ਼ਰੂਰ ਮਿਲਣਗੇ। ਅਤੇ ਉੱਥੇ ਉਸ ਕਵੀ ਦੇ ਮੈਨਾ ਸੀਨੇ ਦਾ ਦਰਦ, ਉਹਨੇ ਉਸ ਗੱਲਬਾਤ ਨੂੰ ਇੰਨਾ ਕੁ ਜਜ਼ਬਾਤ ਨਾਲ ਜੋੜਿਆ, ਕਹਿਣ ਲੱਗੇ ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਂਗੇ, ਵੱਡਾ ਵੀਰ ਜੰਗ ਜਿੱਤ ਕੇ ਆਵੇਗਾ। ਬਾਬਾ ਅਜੀਤ ਸਿੰਘ ਜੀ ਵੱਲ ਇਸ਼ਾਰਾ ਹੈ, ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਂਗੇ, ਅੱਬਾ ਕੇ ਸਾਥ ਜੋ ਜਿਸ ਘੜੀ ਜੁਝਾਰ ਆਏਂਗੇ, ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਂਗੇ, ਮਾਤਾ ਕਭੀ ਪਿਤਾ ਕਭੀ ਭਾਈ ਮਨਾਏਂਗੇ, ਗਲੇ ਲਗਾ ਕੇ ਖੰਮ ਕੋ ਕਹੇਂਗੇ ਵੋ ਬਾਰ ਬਾਰ ਮਾਨ ਜਾਹੋ, ਲੇਕਿਨ ਖੰਮ ਨਹੀਂ ਮਾਨੇਂਗੇ ਜ਼ੇਨ ਖਾਰ। ਕਹਿੰਦਾ ਪਿਤਾ ਜੀ ਮਿਲਣਗੇ, ਬਾਬੇ ਕਹਿ ਰਹੇ ਨੇ, ਮੈਂ ਸ਼ਬਦ ਬਾਬੇ ਵਰਤ ਰਿਹਾ ਬੱਚੇ ਨਹੀਂ, ਕਿ ਪਿਤਾ ਜੀ ਮਿਲਣਗੇ ਸੀਨੇ ਨਾਲ ਲਾਣਗੇ, ਭਰਾ ਮਿਲਣਗੇ ਸਾਨੂੰ ਮਿਲਾਣਗੇ, ਸਤਿਕਾਰਯੋਗ ਮਾਤਾਵਾਂ ਮਿਲਣਗੀਆਂ ਸੀਨੇ ਨਾਲ ਲਾਣਗੀਆਂ, ਪਰ ਅਸੀਂ ਉਹਨਾਂ ਨਾਲ ਪਹਿਲਾਂ ਬੋਲਣਾ ਨਹੀਂ, ਅਸੀਂ ਉਹਨਾਂ ਦੇ ਸੀਨੇ ਨਾਲ ਲੱਗੇ ਕੋਈ ਵੀ ਜ਼ਬਾਨ ਨਾਲ ਪਿਆਰ ਨਾਲ ਬੋਲਾਂਗੇ ਨਹੀਂ। ਅਤੇ ਫਿਰ ਅੱਗੇ ਦੇਖੋ ਉਹਨੇ ਇੱਕ ਮਨੋਵਿਗਿਆਨ ਕਹਿ ਲਓ ਕਿ ਉਸ ਅਵਸਥਾ ਦਾ, ਉਹ ਕਹਿੰਦਾ ਫਿਰ ਕਹਿਣ ਲੱਗੇ ਜਦੋਂ ਪਿਤਾ ਜੀ ਸੀਨੇ ਨਾਲ ਲਾਣਗੇ, ਵੱਡੇ ਵੀਰ ਸਾਨੂੰ ਚੁੱਕਣਗੇ, ਅਤੇ ਉਦੋਂ ਅਸੀਂ ਇੱਕੋ ਗੱਲ ਕਹਾਂਗੇ, ਇਕਰਾਰ ਲੇਂਗੇ ਸਭ ਸੇ ਬੁਲਾਨਾ ਨਾ ਫਿਰ ਕਭੀ, ਸਾਨੂੰ ਹੁਣ ਭੁਲਾਇਓ ਨਾ ਕਦੀ, ਇਕਰਾਰ ਲੇਗੇ ਸਭ ਸੇ ਬੁਲਾਨਾ ਨਾ ਫਿਰ ਕਭੀ, ਬਾਰੇ ਦਿਗਰ ਵਿਛੜ ਕੇ ਸਤਾਨਾ ਨਾ ਫਿਰ ਕਭੀ, ਖੰਮ ਕੋ ਇਕੇਲੇ ਛੋੜ ਕੇ ਜਾਣਾ ਨਾ ਫਿਰ ਕਭੀ, ਕਹਿ ਦੇਤੇ ਹੈ ਯੂੰ ਹੱਸ ਕੇ ਰੁਲਾਨਾ ਨਾ ਫਿਰ ਕਭੀ, ਕਦੀ ਵਿਛੋੜਾ ਨਾ ਪਏ। ਦਾਦੀ ਨੇ ਸੁਣਿਆ ਉਹਦੇ ਖਿਆਲ ਨੇ, ਆਖਰ ਰਾਤ ਗੱਲਬਾਤ ਤਾਂ ਹੋਈ ਹੋਵੇਗੀ, ਭਾਵੇਂ ਆਹ ਨਾ ਹੋਈ ਹੋਵੇ ਜੋ ਇੰਨਾ ਘਟਨਾ ਕਰਮ ਵਾਪਰਿਆ, ਉਹ ਚੁੱਪ ਤਾਂ ਨਹੀਂ। ਦਾਦੀ ਨੇ ਸੁਣਿਆ ਅਤੇ ਅੰਦਰੋਂ ਆਵਾਜ਼ ਆਈ, ਬੋਲੇ ਨਹੀਂ ਬੇਟਾ, ਮਿਲੋਗੇ ਜ਼ਰੂਰ,
ਸ਼ਾਇਦ ਇਸ ਪੰਜਾਂ ਤੱਤਾਂ ਦੇ ਫਾਨੀ ਸੰਸਾਰ ਨੂੰ ਛੱਡ ਕੇ ਉਸ ਥਾਂ 'ਤੇ ਜਾ ਮਿਲੋਗੇ ਜਿੱਥੇ ਦਾਦੇ ਨੇ ਆਪਣਾ ਆਸਣ ਲਾਇਆ ਹੈ। ਮਾਤਾ ਜੀ ਦੇ ਨਾਲ ਰਾਤ ਉੱਥੇ ਵਿਸ਼ਰਾਮ ਕੀਤਾ। ਗੰਗੂ ਨੇ ਜੋ ਹਰਕਤ ਕੀਤੀ ਅਸੀਂ ਸਭ ਜਾਣੂ ਹਾਂ। ਉਹਨੇ ਧਨ ਚੁਰਾਇਆ, ਉਹ ਖੁਰਜੀ ਚੁਰਾਈ। ਮਾਤਾ ਸਾਹਿਬ ਜੀ ਨੇ ਸਵੇਰੇ ਇੰਨੀ ਗੱਲ ਕਹੀ ਦੇਖ ਕੇ ਕਿ ਗੰਗੇ ਪੁੱਤਰ ਚੰਗਾ ਕੀਤੇ ਜੇ ਕਿਤੇ ਉਹ ਧਨ ਉਹ ਖੁਰਜੀ ਸਾਂਭ ਲਈਏ। ਅਤੇ ਚੇਤੇ ਰੱਖੋ ਅੰਦਰ ਦਾ ਬੇਈਮਾਨ ਸੀ, ਉਹ ਰਾਤ ਹੀ ਤਿਆਰੀ ਕਰ ਚੁੱਕਾ ਸੀ ਕਿ ਇੱਧਰੋਂ ਰੁਪਈਆ ਮਾਂ ਦਾ ਹੜਪਾਂਗਾ ਅਤੇ ਦੂਜੇ ਪਾਸੋਂ ਸਰਕਾਰ ਸਾਹਮਣੇ ਝੁਕਾਂਗਾ, ਉਹਨਾਂ ਦਾ ਵਫਾਦਾਰ ਕਹਾਵਾਂਗਾ, ਇਹ ਵੀ ਰੁਪਈਏ ਅਤੇ ਸਰਕਾਰੇ ਦਰਬਾਰੇ ਵੀ ਮਾਨ ਮਿਲੇਗਾ। ਅੰਦਰ ਦੀ ਉਹਦੀ ਸੋਚ ਸੀ। ਸਵੇਰੇ ਜਦੋਂ ਮਾਤਾ ਜੀ ਨੇ ਕਿਹਾ, ਉਹਨੇ ਸੁਣਦਿਆਂ ਸਾਰ ਰੌਲਾ ਪਾ ਦਿੱਤਾ। ਕਹਿਣ ਲੱਗਾ, ਹੱਦ ਹੋ ਗਈ, ਨਾਲੇ ਤੁਹਾਨੂੰ ਆਪਣੇ ਘਰ 'ਚ ਰੱਖਿਆ, ਨਾਲੇ ਤੁਹਾਨੂੰ ਆਪਣੇ ਘਰ ਪ੍ਰਸ਼ਾਦਾ ਛਕਾਇਆ, ਰਾਤ ਸੌਣ ਨੂੰ ਇਸ ਠੰਡ ਵਿੱਚ ਬਿਸਤਰੇ ਦਿੱਤੇ, ਚੰਗਾ ਸੇਵਾ ਦਾ ਫਲ ਦਿੱਤਾ ਜੇ ਕਿ ਮੇਰੇ ਘਰ ਵਿੱਚ ਮੇਰੇ 'ਤੇ ਦੋਸ਼ ਲਾ ਦਿੱਤਾ ਕਿ ਮੈਂ ਤੁਹਾਡੀ ਚੋਰੀ ਕੀਤੀ ਧਨ ਦੀ। ਸ਼ਾਇਦ ਗੰਗੂ ਨੂੰ ਇਹ ਭੁੱਲ ਗਏ ਨੇ ਕੁਝ ਸਾਲ ਪਹਿਲਾਂ ਕਿ ਜਿਸ ਬਜ਼ੁਰਗ ਮਾਤਾ ਸਾਹਮਣੇ ਖਲੋ ਕੇ ਕਹਿ ਰਹੇ, ਮੈਂ ਤੁਹਾਨੂੰ ਆਪਣੇ ਘਰ 'ਚ ਥਾਂ ਦਿੱਤੀ, ਮੈਂ ਰੋਟੀ ਖਵਾਈ, ਮੈਂ ਬਿਸਤਰਾ ਦਿੱਤਾ, ਉਹਨੂੰ ਸ਼ਾਇਦ ਭੁੱਲ ਗਿਆ ਕਿ ਕਦੀ ਤੇਰੇ ਵਰਗੀ ਤੇਰੀ ਬਰਾਦਰੀ ਦੇ ਮੱਥੇ 'ਤੇ ਤਿਲਕ ਅਤੇ ਗੰਨੇ ਗਲੇ 'ਚ ਜਨੇਊ ਪਾ ਇਸ ਮਾਂ ਦੇ ਪਤੀ ਸਾਹਮਣੇ ਆ ਕੇ ਪੁਕਾਰ ਕੀਤੀ ਸੀ ਕਿ ਦੁਖੀ ਬਿਪਰ ਚੱਲ ਆਏ ਪੂਰੀ ਆਨੰਦ, ਬਾਂਹ ਸਾਡੀ ਪਕੜੀਏ ਸ਼੍ਰੀ ਹਰਗੋਬਿੰਦ ਕੇ ਆਨੰਦ, ਕਿ ਸਾਡੀ ਬਾਂਹ ਪਕੜ। ਇੱਥੇ ਮੈਂ ਇਹ ਸ਼ਬਦ ਜ਼ਰੂਰ ਕਹਿਣੇ ਚਾਹਾਂਗਾ ਕਿ ਉਸ ਮਹਾਨ ਸ਼ਾਇਰ ਦੇ ਦਰਦੀ ਸਾਹਿਬ ਦੇ ਭਾਵੇਂ ਇਸ ਨਾਲ ਪ੍ਰਸੰਗ ਮਿਲਦਾ ਨਹੀਂ, ਖਾਸ ਕਰਕੇ ਗੰਗੂ ਦੀ ਹਰਕਤ ਨੂੰ ਦੇਖ ਕੇ ਬੜੇ ਸੋਹਣਾ ਨੇ ਸ਼ਬਦ ਕਹੇ ਕਿ ਗੁਰੂ ਤੇਗ ਬਹਾਦਰ ਸਾਹਮਣੇ ਇਹ ਲੋਕ ਫਰਿਆਦੀ ਹੋਏ। ਹਜ਼ੂਰ ਨੇ ਇੱਕ ਗੱਲ ਕਹੀ, ਉਹਨਾਂ ਦੇ ਖਿਆਲ ਸਨ ਕਿ ਕਹਿਆ ਪਾਤਸ਼ਾਹ ਬਚਿਓ ਘਰੀ ਜਾਓ, ਸਿਰ ਦੇ ਕੇ ਸੱਤ ਬਚਾਂਗਾ ਮੈਂ, ਹਿੰਦੂ ਧਰਮ ਦੇ ਬੁੱਝ ਰਹਿ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ, ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ, ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਲ ਰਿਹਾ ਹੈ। ਸਤਿਗੁਰੂ, ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ, ਸਨਮਾਨਯੋਗ ਮਾਤਾ ਲਈ ਸ਼ਬਦ, ਪਰ ਇੱਥੇ ਮੈਂ ਬਾਣੀ 'ਚ ਦੋ ਬੇਨਤੀਆਂ ਕਰਨੀਆਂ ਚਾਹਾਂਗਾ। ਸਿਰਫ ਗੁਰੂ ਗ੍ਰੰਥ ਸਾਹਿਬ ਦੀ ਟੇਕ ਲੈ ਕੇ ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ ਉਹਨਾਂ ਦਾ ਇੱਕ ਇੱਕ ਬਚਨ। ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਲਾਲਚੀ ਹਿਰਦੇ ਨੂੰ ਕੁੱਤੇ ਨਾਲ ਤੁਲਨਾ ਦਿੱਤੀ। ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਜਿਸ ਬੰਦੇ ਦੇ ਅੰਦਰ ਲਾਲਚ ਆ ਜਾਏ ਉਸ ਬੰਦੇ ਦਾ ਅਸੂਲ ਬਿਲਕੁਲ ਕੋਈ ਨਹੀਂ ਰਹਿੰਦਾ। ਜਿਹੜਾ ਬੰਦਾ ਲਾਲਚ ਵਿੱਚ ਫਸ ਜਾਏ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹਦੇ ਸਾਹਮਣੇ ਜਨਮ ਦੇਣ ਵਾਲੀ ਮਾਂ ਆ ਜਾਏ, ਲਾਲਚੀ ਬੰਦਾ ਜਿਹਦਾ ਦੁੱਧ ਪੀਤਾ ਉਸ ਮਾਂ ਨੂੰ ਵੀ ਧੋਖਾ ਦੇਣ ਤੋਂ ਗੁਰੇਜ਼ ਨਹੀਂ ਕਰਦਾ। ਲਾਲਚੀ ਬੰਦਾ ਉਹਦੇ ਸਾਹਮਣੇ ਬਾਪ ਆ ਜਾਏ ਜਿਹਨੇ ਦਿਹਾੜੀਆਂ ਕਰਕੇ ਉਹਨੂੰ ਤਲੀਮ ਦਵਾਈ ਹੋਵੇ, ਲਾਲਚੀ ਬੰਦਾ ਵੱਡਾ ਹੋ ਕੇ ਪਿਓ ਨਾਲ ਵੀ ਹਿਸਾਬ ਕਰਨ ਲੱਗ ਪੈਂਦਾ ਹੈ। ਲਾਲਚੀ ਬੰਦਾ ਭਰਾਵਾਂ ਨੂੰ ਨਹੀਂ ਬਖਸ਼ਦਾ। ਕਹਿਣ ਲੱਗੇ ਲਾਲਚੀ ਬੰਦਾ ਇੱਥੋਂ ਤੱਕ ਕਿ ਆਪਣੇ ਗੁਰੂ ਨੂੰ ਵੀ ਧੋਖਾ ਦੇਣ ਤੋਂ ਕਦੀ ਗੁਰੇਜ਼ ਨਹੀਂ ਕਰਦਾ। ਹਜ਼ੂਰ ਦਾ ਇੱਕ ਬਚਨ ਆਉਂਦਾ ਕਿ ਖੇ ਲੋਭਾ ਲੰਪਟ ਸੰਗ ਸਿਰ ਮੋਰੇ। ਆਹ ਗੰਗੂ ਦੇ ਅੰਦਰ ਗੱਲ ਵਾਪਰ ਗਈ। ਖੇ ਲੋਭਾ ਲੰਪਟ ਸੰਗ ਸਿਰ ਮੋਰੇ, ਅਨਕ ਲਹਿਰੀ ਕਾਲੋਲ 'ਤੇ, ਤਾਂ ਵੰਤ ਜੀਆਂ ਬਹੁ ਪ੍ਰਕਾਰੰਗ, ਅਨਕ ਭਾਂਤ ਬਹੁ ਡੋਲ 'ਤੇ, ਨੱਚ ਮਿੱਤਰੰਗ ਨੱਚ ਇਸ਼ਟੰਗ ਨੱਚ ਮਾਧਵ ਨੱਚ ਮਾਤ ਪਿਤਾ ਤਵ ਲੱਜਿਆ। ਬੰਦਾ ਲਾਲਚੀ ਭਰਾਵਾਂ ਦਾ, ਮਾਤਾ ਪਿਤਾ ਦਾ, ਆਪਣੇ ਇਸ਼ਟ ਦਾ ਕੋਈ ਭੈ ਨਹੀਂ ਖਾਂਦਾ। ਲਾਲਚੀ ਬੰਦੇ ਨੂੰ ਤਾਂ ਕੇਵਲ ਸਾਹਮਣੇ ਆਪਣਾ ਲਾਲਚ ਦਿਸਦਾ ਹੈ। ਇੱਥੇ ਸਿਰਫ ਇੱਕ ਉਦਾਹਰਨ ਗੁਰੂ ਤੇਗ ਬਹਾਦਰ ਸਾਹਿਬ ਦੀ। ਉਹਨਾਂ ਨੇ ਦੋ ਥਾਵਾਂ 'ਤੇ ਖਾਸ ਕਰਕੇ ਕੁੱਤੇ ਦੀ ਐਗਜ਼ਾਮਪਲ ਲਈ, ਇੱਕ ਵਫਾਦਾਰੀ ਪੱਖੋਂ ਅਤੇ ਦੂਸਰੀ ਗੁਰੂ ਤੇਗ ਬਹਾਦਰ ਜੀ ਨੇ ਲਾਲਚ ਪੱਖੋਂ। ਕਹਿੰਦੇ ਨੇ ਜਿਹੜਾ ਵਫਾਦਾਰ ਹੈ ਉਹ ਮਾਲਕ ਦੇ ਦਰ 'ਤੇ ਬੈਠ ਕੇ ਮਾਲਕ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਕਰਦਾ, ਅਤੇ ਕਹਿਣ ਲੱਗੇ ਜਿਹੜਾ ਲਾਲਚੀ ਉਹ ਖਲਕੇ ਦੀ ਤਰ੍ਹਾਂ, ਕੁੱਤੇ ਦੀ ਤਰ੍ਹਾਂ
ਜਦੋਂ ਕੁੱਤਾ ਹਲਕ ਜਾਏ, ਸੱਚਾਈ ਇਵੇਂ ਆਪਣੇ ਮਾਲਕ ਦੇ ਵੀ ਪੈਰ ਨੂੰ ਵੱਢਣ ਤੋਂ ਗੁਰੇਜ਼ ਨਹੀਂ ਕਰਦਾ। ਗੰਗੂ ਦੇ ਅੰਦਰ ਉਹ ਹਲਕਾਪਨ ਆ ਗਿਆ ਜਿਹਨੂੰ ਹਜ਼ੂਰ ਨੇ ਕਿਹਾ ਸੁੱਕ ਹੈ ਖੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰ ਹੈ ਦੁਆਰ ਸਵਾਨ ਜੋ ਡੋਲਤ ਨਹਿ ਸੁਧ ਰਾਮ ਭਜਨ ਕੀ। ਜਿਹਨੂੰ ਮਹਾਰਾਜ ਜੀ ਨੇ ਬਾਣੀ ਵਿੱਚ ਕਿਹਾ ਕਿ ਚਾਕੀ ਚਾਟੈ ਚੂਨ ਖਾਹੇ, ਚਾਕੀ ਕਾ ਚੀਥਰਾ ਕਹਾਂ ਲੈ ਜਾਏ। ਲਾਲਚੀ ਬੰਦਾ ਉਸ ਕੁੱਤੇ ਦੀ ਤਰ੍ਹਾਂ ਜਿਹੜਾ ਚੱਕੀ ਵੀ ਚੱਟ ਲੈਂਦਾ ਅਤੇ ਚੱਕੀ ਦੇ ਭੜੇ ਹੋਏ ਕੱਪੜੇ, ਆਟੇ ਨਾਲ ਭਰੇ ਹੋਏ ਕੱਪੜੇ ਉਹ ਵੀ ਮੂੰਹ 'ਚ ਪਾ ਕੇ ਲੈ ਜਾਂਦਾ ਹੈ। ਗੰਗੂ ਨੇ ਰੌਲਾ ਪਾਇਆ, ਪਿੰਡ ਦਾ ਚੌਧਰੀ ਆ ਗਿਆ, ਉਹਨੂੰ ਲੈ ਕੇ ਮੁਰਿੰਡੇ ਗਿਆ। ਜਾਨੀ ਖਾਂ ਅਤੇ ਮਾਨੀ ਖਾਂ, ਆਪ ਸਭ ਨੂੰ ਪਤਾ ਹੈ, ਉਹਨਾਂ ਨੇ ਗੁਰੂ ਦੇ ਪੁੱਤਰਾਂ ਨੂੰ, ਸਾਡੇ ਬਾਬਿਆਂ ਨੂੰ ਅਤੇ ਸਨਮਾਨਯੋਗ ਮਾਤਾ ਜੀ ਨੂੰ ਗ੍ਰਿਫਤਾਰ ਕਰ ਲਿਆ। ਦੋਨੋਂ ਲਾਲ ਪੁੱਛਦੇ ਨੇ ਮਾਂ ਇਹ ਕੌਣ, ਹੁਣ ਕਿੱਥੇ ਲਿਜਾਣ ਆਏ? ਅਤੇ ਮਾਂ ਦਾ ਉੱਤਰ ਸੀ ਬੇਟਾ ਆਪਣੀ ਮੰਜ਼ਿਲ ਵਾਲੇ ਪਾਸੇ ਹੁਣ ਵਧਣ ਲੱਗੇ, ਆਪਣੇ ਮੁਕਾਮ ਵਾਲੇ ਪਾਸੇ ਤੁਰਨ ਲੱਗੇ ਹਾਂ। ਪਰ ਤੁਰਦਿਆਂ ਇੱਕ ਗੱਲ ਕਹੀ, ਗੰਗੂ ਜਿਸ ਧਨ ਦੀ ਖਾਤਰ ਤੂੰ ਆਪਣੇ ਇਮਾਨ ਨੂੰ ਵੇਚਿਆ ਹੈ, ਜਿਸ ਧਨ ਦੀ ਖਾਤਰ ਤੂੰ ਇਹ ਪਾਪ ਕਰਨ ਲੱਗਾ ਹੈ, ਸੱਚਾਈ ਇਹ ਵੇ ਧਨ ਕਦੀ ਵੀ ਕਿਸੇ ਦਾ ਸਾਥ ਨਹੀਂ ਉਹ ਦਿੰਦਾ। ਜਾਨੀ ਖਾਂ ਮਾਨੀ ਖਾਂ ਨੇ ਸੁਣਿਆ ਕਿ ਰੁਪਈਏ ਦੀ ਕੋਈ ਗੱਲ ਹੈ, ਉਸ ਵੇਲੇ ਉਹ ਚੁੱਪ ਕਰ ਗਏ। ਮਾਤਾ ਜੀ ਨੂੰ ਅਤੇ ਦੋਨਾਂ ਲਾਲਾਂ ਨੂੰ, ਬਾਬਿਆਂ ਨੂੰ, ਗੁਰੂ ਕੇ ਸਾਹਿਬਜ਼ਾਦਿਆਂ ਨੂੰ ਮੁਰਿੰਡੇ ਲਿਆਂਦਾ ਗਿਆ। ਆਪ ਇਤਿਹਾਸ ਤੋਂ ਜਾਣੂ। ਅੱਗੇ ਤੁਰਾਂ, ਇੱਧਰ ਵਜ਼ੀਰ ਖਾਂ ਚਮਕੌਰ ਖੰਭ ਗਿਆ, ਪੂਰਾ ਜ਼ੋਰ ਮਾਰਿਆ ਕਿ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਨੂੰ ਕਿਸੇ ਤਰੀਕੇ ਨਾਲ ਜਿਉਂਦਾ ਮੁਰਦਾ ਕਿਸੇ ਢੰਗ ਨਾਲ ਪਕੜ ਲਵਾਂ। ਪਰ ਜਦੋਂ ਪੱਲੇ ਕੁਛ ਨਹੀਂ ਪਿਆ, ਅੱਤ ਦਾ ਕ੍ਰੋਧ ਧੋਇਆ ਚਮਕੌਰ ਸਾਹਿਬ ਤੋਂ ਸਰਹੰਦ ਨੂੰ ਆ ਰਿਹਾ ਹੈ। ਇੱਧਰ ਹਜ਼ੂਰ ਦੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਦੀ ਖਬਰ ਮਿਲੀ, ਮਨ ਉਹਦੇ ਅੰਦਰ ਨੂੰ ਤਰਵਾਸ ਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਅਤੇ ਮਾਤਾ ਗ੍ਰਿਫਤਾਰ ਕੀਤੇ ਨੇ, ਹੁਣ ਦੇਖਾਂਗਾ ਗੁਰੂ ਗੋਬਿੰਦ ਸਿੰਘ ਆਪਣੇ ਆਪ ਨੂੰ ਕਿਉਂ, ਕਿਵੇਂ ਆਪਣੇ ਪੁੱਤਰਾਂ ਅਤੇ ਆਪਣੇ ਮਾਤਾ ਦੀ ਖਾਤਰ ਕਿਵੇਂ ਮੇਰੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰੇਗਾ। ਪਰ ਉਹਦੇ ਅੰਦਰ ਦਾ ਭੁਲੇਖਾ ਹੈ ਕਿ ਉਹ ਮਰਦ ਅਗੰਬੜਾ, ਉਹ ਬਾਦਸ਼ਾਹ ਦਰਵੇਸ਼, ਉਹ ਸਾਹਿਬੇ ਅਕਲੀਲ, ਧੰਨ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰਾਂ ਨੂੰ ਕੁਰਬਾਨ ਕਰਵਾ ਸਕਦਾ, ਮਾਤਾ ਦੀ ਸ਼ਹਾਦਤ ਤੋਂ ਦਵਾ ਸਕਦੇ ਨੇ, ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਮੌਤ ਦੀਆਂ ਤੰਦਾਂ ਕਦੀ ਬਾਦਸ਼ਾਹ ਦੇ ਸਾਹਮਣੇ ਚੁਕਾ ਨਹੀਂ ਸਕਦੀਆਂ, ਸੂਬੇ ਦੇ ਸਾਹਮਣੇ ਚੁਕਾ ਨਹੀਂ ਸਕਦੀਆਂ। ਖਬਰ ਦੇ ਦਿੱਤੀ ਗਈ ਅਤੇ ਵਜ਼ੀਰ ਖਾਨ ਨੇ, ਜਿੱਥੇ ਤੁਸੀਂ ਅੱਜ ਬੈਠੇ ਹੋ ਮੈਂ ਸੋਚਣਾ ਕਦੀ ਉਹਦੀ ਤੂਤੀ ਬੋਲਦੀ ਸੀ, ਕਦੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਭੋਜਨ ਛਕਾਉਣ ਵਾਲਾ ਵੀ ਇਸ ਥਾਂ 'ਤੇ ਕੋਈ ਨਹੀਂ ਸੀ। ਪਰ ਇਤਿਹਾਸ ਨੇ ਕਰਵਟ ਲਈ ਕਿ ਅੱਜ ਉਸ ਅਸਥਾਨ 'ਤੇ ਉਹਦਾ ਨਾਮੋ ਨਿਸ਼ਾਨ ਨਹੀਂ ਨਜ਼ਰ ਆਉਂਦਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਪੁੱਤਰ, ਸਨਮਾਨਯੋਗ ਮਾਤਾ, ਜਿਨ੍ਹਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਸ਼ਹਾਦਤ ਦਾ ਜਾਮ ਪੀਣਾ ਪਿਆ, ਲੱਖਾਂ ਸਿੱਖ ਇਹਨਾਂ ਥਾਵਾਂ 'ਤੇ ਮੱਥੇ ਟੇਕ ਕੇ ਇਸ ਖਾਕ ਨੂੰ ਆਪਣੇ ਮੱਥੇ 'ਤੇ ਲਾਉਂਦੇ ਪਏ ਅਤੇ ਮੁੱਤਾਂ ਤੋਂ ਲਾ ਰਹੇ ਨੇ। ਪੋਹ ਦੀ ਕਕਰੀਲੀ ਰਾਤ, ਠੰਡੀ ਹਵਾ ਚੱਲੇ, ਥਾਂ ਕੀ ਦਿੱਤੀ ਗਈ ਆਹ ਸਾਹਮਣੇ ਬੁਰਜ ਜਿੱਥੇ ਆਪ ਜੀ ਦਰਸ਼ਨ ਕਰ ਦੇਖੋ ਅਤੇ ਦਰਸ਼ਨ ਕਰਕੇ ਆਏ। ਠੰਡਾ ਬੁਰਜ ਜਿਹੜਾ ਗਰਮੀਆਂ ਵਿੱਚ ਜੇਠ ਦੇ ਮਹੀਨੇ ਵਿੱਚ ਵੀ ਕਦੀ ਹਵਾ ਚੱਲਦੀ ਸੀ, ਕਿਹਾ ਜਾਂਦਾ ਥੱਲੇ ਪਾਣੀ ਸੀ ਪਰਲੇ ਪਾਸੇ, ਇਹਦੀ ਹਵਾ ਵੀ ਠੰਡੀ ਲੱਗਦੀ ਸੀ, ਇਸ ਬੁਰਜ ਵਿੱਚ ਬੈਠਿਆਂ ਗਰਮ ਹਵਾ ਵੀ ਠੰਡੀ ਬਣ ਜਾਂਦੀ ਸੀ ਅਤੇ ਹੁਣ ਤਾਂ ਮੌਸਮ ਵੀ ਠੰਡੀ ਹਵਾ ਦਾ ਸੀ। ਕਕਰੀਲੀ ਰਾਤ, ਸਨਮਾਨਯੋਗ ਮਾਤਾ ਜੀ ਅਤੇ ਦੋਨੋਂ ਸਾਹਿਬਜ਼ਾਦੇ ਇਸ ਬੁਰਜ ਦੇ ਵਿੱਚ ਉਹਨਾਂ ਨੂੰ ਕੈਦ ਕੀਤਾ ਗਿਆ। ਕੋਈ ਪ੍ਰਸ਼ਾਦਾ ਪਾਣੀ ਨਹੀਂ, ਕੋਈ ਬਿਸਤਰਾ ਨਹੀਂ, ਕੋਈ ਨਿੱਘੀ ਚੀਜ਼ ਨਹੀਂ, ਕੋਈ ਤਪਦੀ ਹੋਈ ਅੰਗੀਠੀ ਨਹੀਂ, ਸਿਰਫ ਇੱਕ ਠੰਡੀ ਹਵਾ, ਪੈਰਿਆ ਕੋਰਾ। ਪਰ ਸਭ ਕੁਝ ਨਾ ਹੋਣ ਦੇ ਬਾਵਜੂਦ
ਇੱਕ ਉਹਨਾਂ ਕੋਲ ਰੱਬ ਦਾ ਦਿੱਤਾ ਸਿਦਕ, ਦੂਜੀ ਗੁਰੂ ਨਾਨਕ ਸਾਹਿਬ ਦੀ ਸਿੱਖੀ, ਅਤੇ ਤੀਜਾ ਮਾਂ ਦੇ ਸੀਨੇ ਵਿੱਚ ਉਸ ਸ਼ਬਦ ਦਾ ਵਾਸ, ਜਿਸ ਸ਼ਬਦ ਦੇ ਨਿੱਘ ਨੇ ਇਸ ਕੱਕਰ ਪੈਂਦਿਆਂ ਵਿੱਚ ਵੀ ਬੱਚਿਆਂ ਨੂੰ ਡੋਲਣ ਨਹੀਂ ਦਿੱਤਾ। ਉਹ ਸ਼ਬਦ ਹੈ, ਉਹ ਬਾਣੀ ਹੈ। ਰਾਤ ਬਤੀਤ ਹੋਈ ਇਸ ਕਕਰੀਲੇ ਠੰਡੇ ਬੁਰਜ ਵਿੱਚ। ਮੈਂ ਸੰਖੇਪ ਜੀ ਸਿਰ ਬੇਨਤੀ ਕਰ ਦੇਣੀ ਹੈ ਤਿੰਨ ਕੁ ਦਿਨਾਂ ਦੀ ਪੇਸ਼ੀ ਦੀ। ਇੱਧਰ ਵਜ਼ੀਰ ਖਾਂ ਆਪਣੀ ਕਚਹਿਰੀ ਲਾ ਕੇ ਬੈਠਾ, ਅਤੇ ਕਿਹਾ ਗਿਆ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ, ਉਹਨਾਂ ਨੂੰ ਪੇਸ਼ ਕੀਤਾ ਜਾਏ। ਇਤਿਹਾਸ ਕਹਿੰਦਾ ਕਚਹਿਰੀ ਵਿੱਚ ਲੈ ਕੇ ਆਏ ਨੇ, ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਅਤੇ ਛੋਟੀ ਖਿੜਕੀ ਖੋਲ੍ਹੀ ਗਈ। ਮੈਂ ਸਿਰਫ ਇਤਿਹਾਸ ਦੁਹਰਾ ਵੀ ਰਿਹਾ ਤਾਂ ਜੋ ਇਸ ਥਾਂ 'ਤੇ ਪਹਿਲੀ ਵਾਰ ਗੁਰੂ ਬਖਸ਼ ਨਾਲ ਵਿਚਾਰ ਕਰਨ ਦਾ ਸਬੱਬ ਮਿਲਿਆ ਹੈ, ਮੈਂ ਇਸ ਵਾਰੀ ਇਤਿਹਾਸਿਕ ਸਾਖੀ ਨੂੰ ਆਪ ਜੀ ਦੇ ਨਜ਼ਰ ਕਰ ਸਕਾਂ। ਉਹ ਸਾਰੇ ਜਾਣਦੇ ਹੋ ਇਸ ਕਰਕੇ ਕਿ ਜਦੋਂ ਇਸ ਖਿੜਕੀ ਵਿੱਚੋਂ ਨਿਕਲਣਗੇ, ਆਖਰ ਖਿੜਕੀ ਕਿੰਨੀ ਕੁ ਛੋਟੀ ਹੋਵੇਗੀ ਕਿ ਜਿੱਥੇ ਸਾਹਿਬਜ਼ਾਦਿਆਂ ਨੂੰ ਵੀ ਗਰਦਨ ਝੁਕਾਉਣ ਦਾ ਉਹਨਾਂ ਮਨਸੂਬਾ ਬਣਾਇਆ ਕਿ ਅੰਦਰ ਆਉਣਗੇ, ਗਰਦਨ ਸ਼ੀਸ਼ ਝੁਕਾਉਣਗੇ, ਸਿਰ ਝੁਕੇਗਾ, ਆਪਾਂ ਕਹਾਂਗੇ ਸੂਬੇ ਨੂੰ ਸਲਾਮ ਹੋ ਗਈ। ਪਰ ਜਦੋਂ ਦੋਨੋਂ ਲਾਲ ਮਾਤਾ ਗੁਜਰੀ ਜੀ ਦੇ ਕੋਲੋਂ ਕਚਹਿਰੀ ਵਿੱਚ ਲਿਆਂਦੇ ਗਏ, ਆਪਸ ਵਿੱਚ ਗੱਲਾਂ ਕਰਦੇ ਆ ਰਹੇ ਨੇ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਕਚਹਿਰੀ ਦੇ ਦਰਵਾਜ਼ੇ ਨੂੰ ਦੇਖ ਕੇ ਆਪਸ ਵਿੱਚ ਦੋਨਾਂ ਨੇ ਨੇਤਰ ਮਿਲਾਏ, ਸਮਝ ਗਏ ਹਕੂਮਤ ਦੀ ਚਾਲ ਨੂੰ। ਅਤੇ ਇੱਕੋ ਗੱਲ ਕਹੀ ਵੀਰਨਾ ਕਿ ਇਸ ਖਿੜਕੀ ਵਿੱਚੋਂ ਪਹਿਲਾਂ ਆਪਣੇ ਜੋੜੇ ਆਪਣੀ ਜੁੱਤੀ ਅੰਦਰ ਕਰਾਂਗੇ, ਬਾਅਦ ਵਿੱਚ ਸਿਰ ਅਣਖ ਨਾਲ ਉੱਚਾ ਕਰਕੇ ਅੰਦਰ ਪ੍ਰਵੇਸ਼ ਕਰਨਾ, ਸਿਰ ਝੁਕਾਇਆ ਨਹੀਂ, ਇਸ ਖਿੜਕੀ ਵਿੱਚੋਂ ਆਪਣੀ ਜੁੱਤੀ ਆਪਣਾ ਜੋੜਾ ਦਿਖਾਇਆ ਅਤੇ ਬਾਅਦ ਵਿੱਚ ਸੀਸ ਉੱਚਾ ਕਰਕੇ। ਕਚਹਿਰੀ ਭਰੀ ਸੀ, ਕੋਈ ਹਮਦਰਦ ਨਹੀਂ ਸੀ ਉਹਦੇ ਵਿੱਚ। ਉੱਚੀ ਆਵਾਜ਼ ਵਿੱਚ ਕਿਹਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਬੇਨਤੀ, ਇੱਥੇ ਕਿਉਂ ਇਹ ਸ਼ਬਦ ਦੁਹਰਾਇਆ? ਅੱਜ ਆਪਣੇ ਘਰਾਂ 'ਚ ਦੇਖੋ, ਕਈ ਅਮੀਰ ਘਰਾਂ 'ਚ ਜਾਣ ਦਾ ਮੌਕਾ ਮਿਲਦਾ, ਅਸੀਂ ਬੋਲੀ ਵੀ ਆਪਣੀ ਛੱਡ ਗਏ। ਬੋਲੀ ਅਵਰ ਤੁਮਾਰੀ ਹੋ ਗਈ। ਅੱਜ ਇਸ ਥਾਂ 'ਤੇ ਸਾਰੇ ਸਲਾਮਾਂ ਕਰਨ ਵਾਲੇ ਸਨ, ਪਰ ਇਸ ਥਾਂ 'ਤੇ ਵੀ ਗੁਰੂ ਦੇ ਪੁੱਤਰਾਂ ਦੀ ਆਵਾਜ਼ ਵਿੱਚੋਂ ਫਤਿਹ ਨਿਕਲੀ। ਪਰ ਅੱਜ ਅਸੀਂ ਨਿੱਕੇ ਨਿੱਕੇ ਨਿਆਣਿਆਂ ਨੂੰ ਸੁਣਾਉਂਦੇ ਹਾਂ ਬਾਬਾ ਜੀ ਆਏ ਨੇ, ਬਾਬਾ ਜੀ ਕੋ ਜੈ ਬੋਲੋ। ਸਾਨੂੰ ਫਤਿਹ ਭੁੱਲ ਗਈ, ਅਸੀਂ ਸ਼ਬਦ ਭੁੱਲ ਗਏ। ਮੈਂ ਇਹ ਨਹੀਂ ਵਿਰੋਧ ਕਰਾਂਗਾ ਵੀ ਪੱਛਮੀ ਸਭਤਾ ਗੁੱਡ ਮੋਰਨਿੰਗ, ਗੁੱਡ ਆਫਟਰਨੂਨ, ਗੁੱਡ ਨਾਈਟ ਕਹਿਣ ਲੱਗ ਪਏ, ਗੁੱਡ ਈਵਨਿੰਗ ਕਹਿਣ ਲੱਗ ਪਏ। ਚੇਤੇ ਰੱਖਿਓ, ਇਕੱਲਾ ਗੁੱਡ ਆਪਣੀ ਜ਼ਬਾਨ ਨਾਲ ਕਹਿ ਕੇ ਅੱਛਾ ਨਹੀਂ ਹੋਣਾ, ਉਹ ਬੋਲੀ, ਉਹ ਕਲਚਰ, ਉਹ ਸ਼ਬਦ ਹੀ ਚੰਗੇ ਨੇ ਜਿਹੜੇ ਸ਼ਬਦ ਬੋਲਦਿਆਂ ਸਰ ਵਾਹਿਗੁਰੂ ਜੀ ਦੀ ਯਾਦ ਆ ਜਾਏ। ਉਹਨਾਂ ਫਤਿਹ ਬੁਲਾਈ, ਕਚਹਿਰੀ ਬਿਲਕੁਲ ਸੁੰਨ ਹੋ ਗਈ ਕਿ ਉਮਰਾਂ ਕੀ ਅਤੇ ਹੌਂਸਲੇ ਕਿੰਨੇ ਵੱਡੇ। ਉੱਥੇ ਗੱਲ ਸ਼ੁਰੂ ਹੋਈ, ਉਹਨਾਂ ਬੱਚੀ ਸ਼ਬਦ ਕਹਿਣਾ ਸੀ। ਇਹ ਵੀ ਇੱਕ ਹੰਕਾਰ ਦਾ ਪ੍ਰਤੀਕ ਹੈ। ਸੱਚ ਜਾਣੋ ਕਿ ਸਿੱਧਾਂ ਨੇ ਬਾਬੇ ਨਾਨਕ ਦੇ ਗਿਆਨ ਨੂੰ ਮੰਨਦਿਆਂ ਵੀ ਇੱਕੋ ਸ਼ਬਦ ਬਾਲਾ ਵਰਤਿਆ ਉਹਨਾਂ ਨੇ ਕਿ ਬੱਚਾ। ਕਿਹਾ ਕਈ ਵਾਰੀ ਬੰਦਾ ਕਹਿੰਦਾ ਮੈਂ ਬੜਾ ਸਿਆਣਾ ਵਾਂ, ਉਹਨਾਂ ਕਿਹਾ ਬੱਚਿਓ ਤੁਹਾਨੂੰ ਪਤਾ ਹੈ ਕਿ ਤੁਹਾਡੇ ਪਿਤਾ ਅਤੇ ਤੁਹਾਡੇ ਵੀਰ ਚਮਕੌਰ ਦੇ ਰਣ ਤੱਤੇ ਵਿੱਚ ਮਾਰੇ ਗਏ ਨੇ। ਉਹਨਾਂ ਸ਼ਹੀਦ ਸ਼ਬਦ ਨਹੀਂ ਸੀ ਵਰਤਣਾ, ਦੁਸ਼ਮਣ ਕਿਵੇਂ ਵਰਤੇਗਾ ਸ਼ਹੀਦ ਸ਼ਬਦ, ਮਾਰੇ ਗਏ ਨੇ। ਇਸ ਵੇਲੇ ਤੁਹਾਡਾ ਕੋਈ ਸੰਭਾਲ ਕਰਨ ਵਾਲਾ ਨਹੀਂ, ਅਤੇ ਵਿੱਚ ਬੈਠੇ ਹੋਏ ਝੋਲੀ ਚੁੱਕ ਅਕਸਰ ਮਿਲਦੇ ਨੇ। ਅਤੇ ਉਹਨਾਂ ਕਿਹਾ ਸੂਬਾ ਸਾਹਿਬ ਨੂੰ ਤੁਸੀਂ ਸਲਾਮ ਕਰੋ, ਇਹ ਤੁਹਾਡੀ ਪਰਵਰਿਸ਼ ਦਾ ਪ੍ਰਬੰਧ ਕਰਨਗੇ, ਤੁਸੀਂ ਇਸਲਾਮ ਕਬੂਲੋ, ਜੋ ਕਹੋਗੇ ਤੁਹਾਨੂੰ ਮਿਲੇਗਾ। ਉੱਥੇ ਪਹਿਲਾ ਉੱਤਰ ਸੀ ਆ ਸੀਸ ਗੁਰੂ ਦੇ ਚਰਨਾਂ ਵਿੱਚ ਝੁਕਿਆ ਹੈ, ਇਹ ਸੀਸ ਗੁਰੂ ਪਿਆਰੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਮਸਤਕ 'ਤੇ ਲਾ ਸਕਦਾ, ਇਹ ਸੀਸ ਇਹ ਸਿਰ ਕੱਟਿਆ ਤਾਂ ਜਾ ਸਕਦਾ, ਪਰ ਸੱਚਾਈ ਇਹ ਵੇ ਸਿਰ ਕਿਸੇ ਬਾਦਸ਼ਾਹ ਸੂਬੇਦਾਰ ਦੇ ਸਾਹਮਣੇ ਕਦੀ ਨਹੀਂ ਝੁਕ ਸਕਦਾ।
ਇਹ ਕੱਟਿਆ ਜਾ ਸਕਦਾ ਹੈ ਪਰ ਝੁਕੇਗਾ ਨਹੀਂ। ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕ੍ਰਾਂਤੀ ਦੇਖੀਏ, ਉਹ ਦਰਵੇਸ਼ ਜਿਹੜਾ ਮਿੱਠੀ ਆਵਾਜ਼ ਵਿੱਚ ਜਿਹਦੀ ਜ਼ਬਾਨ ਨੂੰ ਵੀ ਕਿਹਾ ਗਿਆ ਸ਼ੱਕਰ ਗੰਜ, ਉਸ ਮਹਾਨ ਦਰਵੇਸ਼ ਨੇ ਕਿਹਾ ਸੀ ਯਾ ਰੱਬ ਮੈਂ ਇੱਕ ਤੇਰੇ ਸਾਹਮਣੇ ਪੁਕਾਰ ਕਰਨਾ, ਆ ਸਿਰ ਸਿਰਫ ਜਿਉਂਦੇ ਜੀ ਤੇਰੇ ਸਾਹਮਣੇ ਝੁਕੇ, ਤੇਰੇ ਤੋਂ ਬਿਨਾਂ ਕਿਸੇ ਹੋਰ ਸਾਹਮਣੇ ਝੁਕਣ ਤੋਂ ਪਹਿਲਾਂ ਸੰਸਾਰ ਤੋਂ ਲੈ ਜਾਈ, ਕਿਉਂਕਿ ਮੈਂ ਤੇਰੇ ਦਰ ਤੋਂ ਬਿਨਾਂ ਕਿਸੇ ਹੋਰ ਦੇ ਦਰ 'ਤੇ ਝੁਕਣਾ ਜਿਉਂਦਿਆਂ ਪਸੰਦ ਨਹੀਂ ਕਰਾਂਗਾ। ਅਸੀਂ ਉਹ ਪੜ੍ਹਦੇ ਹਾਂ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਤਾਂ ਜੀਓ ਸਰੀਰੋਂ ਲੈ। ਉਸ ਮਹਾਨ ਮਹਾਂਪੁਰਖ ਨੇ ਇੱਧਰ ਬਾਬਿਆਂ ਨੇ ਕਿਹਾ ਇਹ ਸੁਰ ਝੁਕਦਾ ਹੈ ਗੁਰੂ ਦੇ ਚਰਨਾਂ ਵਿੱਚ, ਤੇਰੇ ਸਾਹਮਣੇ ਨਹੀਂ। ਉਹਨਾਂ ਨੇ ਜਦੋਂ ਕਿਹਾ ਤੁਹਾਡੇ ਪਿਤਾ ਜੀ ਤੁਹਾਡੇ ਭਰਾਤਾ, ਅਤੇ ਉੱਤਰ ਸੀ ਕਿ ਸਾਨੂੰ ਗੁੜਤੀ ਵਿੱਚ ਇਹ ਮਿਲਿਆ ਕਿ ਅਣਖ ਨਾਲ ਜੀਣਾ ਅਣਖ ਨਾਲ ਮਰਨਾ, ਬੜੀ ਖੁਸ਼ੀ ਦੀ ਗੱਲ ਤੁਸੀਂ ਦੱਸੀ ਸਾਡੇ ਵੱਡੇ ਭਰਾਤਾ ਸ਼ਹੀਦ ਹੋ ਗਏ, ਅਤੇ ਸੱਚਾਈ ਇਹ ਵੇ ਕਿੰਨੇ ਖੁਸ਼ਕਿਸਮਤ ਹੁੰਦੇ ਹੋ ਕਿ ਜਿਨ੍ਹਾਂ ਨੇ ਸਾਡੇ ਪਿਤਾ ਜੀ ਦੇ ਸਾਹਮਣੇ ਸ਼ਹਾਦਤਾਂ ਦਾ ਜਾਮ ਪੀਤਾ ਹੋਵੇਗਾ। ਇਹ ਮੇਰੇ ਅੰਦਰ ਦੇ ਖਿਆਲ ਵੀ ਨੇ। ਬਾਕੀ ਗੱਲ ਰਹੀ ਪਿਤਾ ਜੀ ਲਈ, ਕੌਣ ਜੰਮਿਆ ਹੈ ਸਾਡੇ ਬਾਪ ਨੂੰ ਮਾਰਨ ਵਾਲਾ? ਇਸ ਨੁਕਤੇ ਨੂੰ ਸਮਝਿਓ ਬਾਣੀ ਦੀ ਰੋਸ਼ਨੀ 'ਚ। ਠੀਕ ਹੈ ਅਸੀਂ ਤਵਾਰੀਖੀ ਡੇਟਾਂ ਲੱਭ ਕੇ ਤਰੀਕਾਂ ਲੱਭ ਕੇ ਕਹਿ ਦਿਆਂਗੇ ਉਦੋਂ ਜਨਮ ਹੋਇਆ, ਉਦੋਂ ਆਹ ਹੋਇਆ, ਉਦੋਂ ਚਲਾਣਾ ਹੋਇਆ, ਪਰ ਜਦੋਂ ਰੂਹਾਨੀਅਤ ਦੇ ਪੱਖੋਂ ਦੇਖੋਗੇ, ਹਰਬੰਸ ਜਗਤ ਜਾਂ ਸੰਚਰਿਓ ਸੋ ਕਵਣ ਕਹੇ ਸ਼੍ਰੀ ਗੁਰੂ ਮੋਇਓ, ਜਦੋਂ ਸ਼ਬਦ ਦੀ ਰੋਸ਼ਨੀ 'ਚ ਦੇਖਾਂਗੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਾਹਮਣੇ ਰਿਹਾ ਸਮਾਏ। ਸਾਹਿਬ ਮੇਰਾ ਨੀਤ ਨਵਾਂ, ਮਰਨ ਦੀ ਗੱਲ ਤਾਂ ਦੂਰ ਦੀ, ਉਹ ਤਾਂ ਪੁਰਾਣਾ ਹੀ ਕਦੀ ਨਹੀਂ ਹੁੰਦਾ, ਉਹ ਜਰਜਰਾ ਕਦੀ ਨਹੀਂ ਹੁੰਦਾ। ਸਰੀਰ ਦਾ ਧਰਮ ਵੱਖਰਾ ਅਤੇ ਸ਼ਬਦ ਦੀ ਖੇਡ ਉਹ ਗੁਰੂ ਨੇ ਜਿਹੜੀ ਸਾਨੂੰ ਬਖਸ਼ੀ, ਉਹਨੂੰ ਕੋਈ ਚੀਜ਼ ਕੱਟ ਨਹੀਂ ਸਕਦੀ, ਕੋਈ ਡੋਬ ਨਹੀਂ ਸਕਦੀ। ਕਹਿੰਦੇ ਨੇ ਉਹਨਾਂ ਬੜਾ ਯਤਨ ਕੀਤਾ, ਇਸਲਾਮ ਤੋਂ ਕੰਨੀ ਕਤਰਾ ਦਿੱਤੀ। ਇਤਿਹਾਸ ਕਹਿੰਦਾ ਡਾਕਟਰ ਗੰਡਾ ਸਿੰਘ ਨੇ 3 ਦਿਨ ਦੀ ਪੇਸ਼ੀ ਦਾ ਜ਼ਿਕਰ ਕੀਤਾ। ਖੈਰ ਅਸੀਂ ਸੰਖੇਪ ਜੀ 3 ਵਾਪਸ ਗਏ ਨੇ ਮਾਤਾ ਜੀ ਦੇ ਕੋਲ, ਦੱਸ ਦਿੱਤਾ ਮਾਂ ਕਿ ਆਹ ਕੁਛ ਕਚਹਿਰੀ ਵਿੱਚ ਸਾਡੇ ਨਾਲ ਹੋਇਆ ਅਤੇ ਅਸੀਂ ਆਹ ਕੁਝ ਉੱਤਰ ਦਿੱਤੇ। ਦਾਦੀ ਮਾਂ ਨੇ ਕੁੱਟ ਕੇ ਸੀਨੇ ਦੇ ਨਾਲ ਲਾਇਆ, ਪਿਆਰ ਦਿੱਤਾ, ਅਤੇ ਆਪਣੇ ਬਜ਼ੁਰਗਾਂ ਦੀਆਂ ਸਾਖੀਆਂ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ, ਗੁਰੂ ਅਰਜਨ ਦੇਵ ਜੀ ਦਾ ਸਿਦਕ ਅਤੇ ਗੁਰੂ ਕੀ ਬਾਣੀ ਦੀ ਸਾਰੀ ਰਾਤ ਸਿੱਖਿਆ ਦਿੱਤੀ ਕਿ ਲਾਲ ਸਿੱਖੀ ਦੀ ਰੀਤ ਇਹ ਵੇ। ਦੂਜੇ ਦਿਨ ਫਿਰ ਕਚਹਿਰੀ ਲੱਗੀ, ਪਰ ਅੱਜ ਕਚਹਿਰੀ ਵਿੱਚ ਨਵਾਬ ਮਲੇਰਕੋਟਲਾ ਵੀ ਆਇਆ ਸੀ, ਸ਼ੇਰ ਮੁਹੰਮਦ ਖਾਂ। ਵਜ਼ੀਰ ਖਾਂ ਦੇ ਸਾਹਮਣੇ ਫਿਰ ਗੁਰੂ ਕੇ ਲਾਲ ਲਿਆਂਦੇ ਗਏ, ਉਹੀ ਰਟੇ ਰਟਾਏ ਸ਼ਬਦ ਸਨ, ਇਸਲਾਮ ਕਬੂਲ ਕਰੋ ਡਰਾਵਾ ਦੇਣ ਦੀ ਗੱਲ ਕੀਤੀ, ਅਤੇ ਇੱਥੇ ਮਲੇਰਕੋਟਲੀਏ ਨੂੰ ਕਿਹਾ ਸੀ ਸੂਬਾ ਸਰਹੰਦ ਨੇ ਕਿ ਨਵਾਬ ਸਾਹਿਬ ਤੁਹਾਡੇ ਭਰਾਤਾ ਨਾਹਰ ਖਾਂ, ਤੁਹਾਡੇ ਭਤੀਜੇ ਚਮਕੌਰ ਦੀ ਜੰਗ ਵਿੱਚ ਗੁਰੂ ਦੇ ਤੀਰਾਂ ਨਾਲ ਨਾਹਰ ਖਾਂ ਮਾਰਿਆ ਗਿਆ। ਆਹ ਦੇਖੋ ਇੱਕ ਸਬੱਬ ਬਣਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਲਖ ਤੇ ਜਿਗਰ ਛੋਟੇ ਸਾਹਿਬਜ਼ਾਦੇ ਸਾਡੇ ਕੋਲ ਨੇ, ਤੁਸੀਂ ਇਹਨਾਂ ਨੂੰ ਸਜ਼ਾਵਾਂ ਦੇ ਕੇ ਆਪਣੇ ਭਰਾ ਅਤੇ ਭਤੀਜਿਆਂ ਦਾ ਬਦਲਾ ਲੈ ਲਓ। ਪਰ ਜ਼ਮੀਰ ਰੋਸ਼ਨ ਬੰਦੇ ਹਰ ਥਾਂ 'ਤੇ ਮਿਲਣਗੇ। ਇੱਥੇ ਸੋਚਣਾ, ਇਸੇ ਕਚਹਿਰੀ ਵਿੱਚ ਇੱਕ ਗੁਲਾਮ ਕੌਮ ਦਾ ਬੰਦਾ ਸੀ ਅਤੇ ਇਸੇ ਕਚਹਿਰੀ ਦੇ ਵਿੱਚ ਇੱਕ ਆਜ਼ਾਦ ਕੌਮ ਦਾ ਬੰਦਾ ਸੀ। ਧਿਆਨ ਦਿਆ ਜੇ, ਆਜ਼ਾਦ ਕੌਮ ਦਾ ਬੰਦਾ ਸ਼ੇਰ ਮੁਹੰਮਦ ਖਾਂ ਮਲੇਰਕੋਟਲੀਆ ਕਹਿੰਦਾ ਵਜ਼ੀਰ ਖਾਂ ਮੇਰੇ ਭਰਾ ਨੂੰ ਮੇਰੇ ਭਤੀਜਿਆਂ 'ਤੇ ਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ, ਜੇ ਮੌਕਾ ਬਣਿਆ ਮੈਂ ਉਹਨਾਂ ਨੂੰ ਮਿਲਾਂਗਾ, ਆਪਣੇ ਭਰਾਵਾਂ ਦਾ ਬਦਲਾ ਉਹਨਾਂ ਨਾਲ ਜੂਝ ਕੇ ਲਵਾਂਗਾ, ਪਰ ਇਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ, ਤੈਨੂੰ ਇਸਲਾਮ ਨੇ, ਤੈਨੂੰ ਅੱਲਾ ਨੇ, ਤੈਨੂੰ ਕੁਰਾਨ ਨੇ, ਤੈਨੂੰ ਮੁਹੰਮਦ ਸਾਹਿਬ ਨੇ ਵੀ ਮਾਫ਼ ਨਹੀਂ ਕਰਨਾ ਜੇ ਇਹਨਾਂ ਬੱਚਿਆਂ ਉੱਤੇ ਤੂੰ ਤਸ਼ੱਦਦ ਕੀਤਾ। ਤਾਂ ਉਸ ਵੇਲੇ ਇੱਕ ਗੁਲਾਮ ਕੌਮ ਦਾ ਬੰਦਾ ਉੱਠਿਆ, ਧਿਆਨ ਦਿਆ ਜਿੱਥੋਂ ਫਤਵਾ ਸ਼ੁਰੂ ਹੁੰਦਾ, ਉਹਨੇ ਕਿਹਾ ਹਾਂ ਦਾ ਨਾਰਾ ਮਾਰਿਆ ਅਤੇ ਸੁੱਚਾ ਨੰਦ ਉੱਠਿਆ। ਵਜ਼ੀਰ ਖਾਂ ਥੋੜ੍ਹਾ ਜਿਹਾ ਢਲਿਆ
ਸੁੱਚਾਨੰਦ ਉੱਠ ਕੇ ਕਹਿੰਦਾ ਹੈ ਕਿ ਸੂਬਾ ਸਰਹੰਦ ਨੂੰ ਭਰੀ ਕਚਹਿਰੀ 'ਚ ਕਿ ਦੇਖੋ ਜੀ, ਇਹਨਾਂ ਨੂੰ ਬੱਚੇ ਮਤ ਸਮਝੋ। ਭਾਵੇਂ ਸੈਨਾਪਤੀ ਨੇ, ਪੁਰਾਤਨ ਗ੍ਰੰਥਾਂ ਨੇ ਸ਼ਬਦ ਦੋਕ ਵਰਤੇ ਨੇ ਕਿ ਨਾਗ ਦੇ ਪੁੱਤਰ ਨਾਗ ਨੂੰ ਮਾਰਨਾ ਅਤੇ ਸਪੋਲੀਏ ਪਾਲਣੇ, ਇਹ ਕਿੱਧਰ ਦੀ ਸਿਆਣਪ ਹੈ? ਭੇੜੀਏ ਨੂੰ ਮਾਰਨਾ, ਉਹਦੇ ਬੱਚਿਆਂ ਨੂੰ ਪਾਲਣਾ ਕਿੱਧਰ ਦੀ ਸਿਆਣਪ ਹੈ? ਇਹ ਉਹਦੇ ਅੱਖਰ ਸਨ। ਨਾਲ ਉਹਨੇ ਕਿਹਾ, ਹੁਣੇ ਤੁਹਾਨੂੰ ਦੱਸ ਦੇਣਾ, ਬੱਚੇ ਜਿਨ੍ਹਾਂ ਨੂੰ ਕਹਿ ਰਹੇ ਹੋ ਕੀ ਨੇ, ਇਹ ਬਾਗੀ ਦੇ ਪੁੱਤਰ ਨੇ, ਇਹਨਾਂ ਦੇ ਖੂਨ ਵਿੱਚ ਵੀ ਬਾਗੀ ਪੁਣਾ ਹੋਵੇਗਾ। ਅਤੇ ਇੱਕ ਬੇਨਤੀ ਕਰਾਂ, ਜਿੰਨੇ ਵੀ ਸ਼ਹੀਦ ਸੱਚ ਦੇ ਰਸਤੇ 'ਤੇ ਚੱਲਣ ਵਾਲੇ ਹੋਏ ਨੇ, ਵਰਤਮਾਨ ਸਰਕਾਰਾਂ ਦੀ ਨਜ਼ਰ ਵਿੱਚ ਹਮੇਸ਼ਾ ਉਹ ਬਾਗੀ ਹੁੰਦੇ ਨੇ, ਜਿਹੜੇ ਲੋਕ ਗੋਲੀਆਂ ਮਾਰਦੇ ਨੇ, ਜਿਹੜੇ ਲੋਕ ਫਾਂਸੀਆਂ 'ਤੇ ਚੜ੍ਹਾਉਂਦੇ ਨੇ, ਜਿਹੜੇ ਲੋਕ ਜ਼ਹਿਰ ਦੇ ਪਿਆਲੇ ਦਿੰਦੇ ਨੇ, ਜਿਹੜੇ ਲੋਕ ਆਰਿਆਂ ਨਾਲ ਚੀਰਦੇ ਨੇ, ਜਿਹੜੇ ਲੋਕ ਬੰਦ ਬੰਦ ਕੱਟਦੇ ਨੇ, ਵਕਤੀ ਹਕੂਮਤ ਦੀ ਨਜ਼ਰ ਵਿੱਚ ਉਹ ਬਾਗੀ ਹੁੰਦੇ ਨੇ। ਅਤੇ ਚੇਤੇ ਰੱਖਿਓ, ਜਦੋਂ ਹਕੂਮਤਾਂ ਚੱਲੀਆਂ ਜਾਣ, ਉਹਨਾਂ ਬਾਗੀਆਂ ਨੂੰ ਆਉਣ ਵਾਲਾ ਸਮਾਜ ਸ਼ਹੀਦ ਕਹਿ ਕੇ ਸਨਮਾਨਦਾ ਹੈ। ਇਹ ਸੱਚਾਈ ਹੈ। ਇੱਕ ਨੁਕਤਾ ਹੋਰ ਕਿ ਸ਼ਹੀਦ ਮਾਂ ਦੀ ਕੁੱਖ 'ਚੋਂ ਨਹੀਂ ਪੈਦਾ ਹੁੰਦਾ, ਇਹ ਸ਼ਬਦ ਸਮਝਿਓ। ਸ਼ਹੀਦ ਮਾਂ ਦੀ ਕੁੱਖ 'ਚੋਂ ਨਹੀਂ ਪੈਦਾ ਹੁੰਦਾ। ਮਾਂ ਦੀ ਕੁੱਖ ਇੱਕ ਦੋ ਪੁੱਤਰਾਂ ਨੂੰ, ਤਿੰਨ ਚਾਰ ਪੁੱਤਰਾਂ ਨੂੰ ਜਨਮ ਦੇਵੇਗੀ, ਪਰ ਜ਼ਾਲਮ ਹਕੂਮਤ ਦੀ ਗੋਲੀ ਮਾਂ ਦੀ ਕੁੱਖ ਨੂੰ ਖਾਲੀ ਕਰ ਸਕਦੀ ਹੈ? ਸ਼ਹੀਦ ਹਮੇਸ਼ਾ ਕੌਮ ਦੀ ਗੋਦ ਵਿੱਚੋਂ ਪੈਦਾ ਹੁੰਦੇ ਨੇ, ਅਤੇ ਜੇ ਇੱਕ ਸ਼ਹੀਦ ਹੁੰਦਾ ਤਾਂ 10 ਉਸ ਥਾਂ ਹੋਰ ਪੈਦਾ ਹੋ ਜਾਂਦੇ। ਕੌਮ ਸ਼ਹੀਦ ਦੀ ਗੋਦ ਵਿੱਚੋਂ, ਵਾਹਿਗੁਰੂ ਕੌਮ ਦੀ ਗੋਦ ਵਿੱਚੋਂ ਸ਼ਹੀਦ ਪੈਦਾ ਹੁੰਦੇ ਨੇ। ਅਤੇ ਇੱਕ ਹੋਰ ਨੁਕਤਾ ਹੈ, ਥੋੜ੍ਹਾ ਜਿਹਾ ਮੈਂ ਸਾਂਝਾ ਕਰਦੇ ਹਾਂ, ਸਿਆਣੇ ਤੁਸੀਂ ਬੈਠੇ ਹੋ। ਸ਼ਹੀਦ ਜਦੋਂ ਤੁਰਦਾ ਹੈ, ਉਹ ਇੱਕ ਗੱਲ ਕਹਿੰਦਾ, ਪਿਛਾਂ ਹਟ ਜਾਓ, ਖਿਮਾ ਕਰਿਓ। ਰਾਜਨੀਤਿਕ ਜਦੋਂ ਤੁਰਦਾ ਹੈ, ਉਹ ਆਵਾਜ਼ ਦੇ ਕੇ ਕਹਿੰਦਾ, ਤਕੜੇ ਹੋ ਕੇ ਹੱਲਾ ਬੋਲੋ। ਇਸ ਨੁਕਤੇ ਨੂੰ ਸਮਝਿਓ। ਸ਼ਹੀਦ ਤੁਰਦਾ, ਉਹ ਕਹਿੰਦਾ, ਪਿਛਾਂ ਮੁੜੋ। ਅਤੇ ਵਕਤ ਦੇ ਬਾਦਸ਼ਾਹ ਆਪਣੇ ਆਪ ਨੂੰ ਮਹਿਫੂਜ਼ ਰੱਖਣ ਲਈ ਲੋਕਾਂ ਨੂੰ ਖੱਲਾ ਸ਼ਰੀ ਦੇ ਕੇ ਕਹਿੰਦੇ ਨੇ, ਖੱਲਾ ਬੋਲੋ। ਆਪਾਂ ਸੋਚਾਂਗੇ ਸ਼ਹੀਦ ਕਮਜ਼ੋਰ, ਉਹ ਕਹਿ ਰਹੇ ਆ ਪਿਛਾਂ ਹਟੋ, ਅਤੇ ਬਾਦਸ਼ਾਹ ਕਹਿ ਰਿਹਾ ਅੱਗੇ ਵਧੋ। ਇਸ ਰਮਜ ਨੂੰ ਸਮਝਿਓ। ਸ਼ਹੀਦ ਕਹਿੰਦਾ, ਤੁਸੀਂ ਸਾਰੇ ਪਿੱਛੇ ਹਟੋ, ਮੈਂ ਸੀਨਾ ਡਾ ਕੇ ਮੁਕਾਬਲਾ ਕਰਾਂਗਾ ਜ਼ੁਲਮ ਦਾ। ਬਾਦਸ਼ਾਹ ਕਹਿੰਦਾ, ਤੁਸੀਂ ਅੱਗੇ ਜਾ ਕੇ ਮਰੋ, ਮੈਂ ਆਪਣੇ ਘਰ ਵਿੱਚ ਬੈਠਾਂਗਾ। ਬਾਦਸ਼ਾਹ ਹੱਲਾ ਸ਼ੇਰੀਆਂ ਦਿੰਦਾ, ਸ਼ਹੀਦ ਪਿੱਛੇ ਹਟਾ ਕੇ ਸਭ ਨੂੰ ਆਪਣੇ ਸੀਨੇ ਵਿੱਚ ਸਭ ਕੁਝ ਜਰਦੇ ਨੇ। ਸਿਰਫ ਸੰਖੇਪ ਜੀ ਵਿੱਚੋਂ ਨਿਕਲ ਕੇ ਇੱਕ ਦੋ ਬੇਨਤੀਆਂ ਸਨ। ਹੁਣ ਉਸ ਬੰਦੇ ਨੇ ਸ਼ਬਦ ਵਰਤੇ ਕਿ ਇਹਨਾਂ ਦੇ ਖੂਨ ਵਿੱਚ ਬਾਗੀ ਪੁਣਾ ਹੈ। ਅਤੇ ਉਹਨੇ ਕਿਹਾ, ਸੁੱਚਾਨੰਦ ਨੇ ਕਹਿਣ ਲੱਗਾ, ਬੱਚਿਓ, ਜੇ ਤੁਹਾਨੂੰ ਛੱਡ ਦਿੱਤਾ ਜਾਏ, ਸਿੱਧੀ ਜੀ ਗੱਲ ਸਾਰੇ ਜਾਣਦੇ ਹਾਂ, ਫਿਰ ਕੀ ਕਰੋਗੇ? ਕਿੰਨੀ ਦੂਰ ਅੰਦੇਸ਼ਤਾ, ਕਿੰਨੀ ਅੰਦਰ ਲਤੀਫ ਅਕਲ। ਕਹਿਣ ਲੱਗੇ, ਪਹਿਲੀ ਗੱਲ, ਤੁਸੀਂ ਸਾਨੂੰ ਛੱਡਣਾ ਹੀ ਨਹੀਂ। ਸਾਨੂੰ ਪਤਾ, ਜਦੋਂ ਤੁਸੀਂ ਸਾਨੂੰ ਪਕੜਿਆ, ਸਾਨੂੰ ਛੱਡਣ ਵਾਸਤੇ ਨਹੀਂ ਪਕੜਿਆ, ਅਤੇ ਜੇ ਕਿਤੇ ਛੱਡ ਦਿੱਤਾ ਤਾਂ ਅੱਜ ਤੁਹਾਨੂੰ ਇਸ ਕਚਹਿਰੀ 'ਚ ਕਹਿੰਦੇ ਹਾਂ, ਜੰਗਲਾਂ 'ਚ ਜਾਵਾਂਗੇ। ਵਕਤ ਸਦਾ ਇੱਕੋ ਨਹੀਂ ਰਹਿੰਦਾ ਸੂਬਿਆ, ਸਮਾਂ ਬਦਲਦਾ ਹੈ, ਸਮਾਂ ਗਰਦਿਸ਼ ਇਹਦੀ ਬਦਲਦਾ ਸਮਾਂ। ਜੰਗਲਾਂ 'ਚ ਜਾਵਾਂਗੇ, ਸਿੰਘ ਇਕੱਠੇ ਕਰਾਂਗੇ, ਅਸਲਾ ਇਕੱਠਾ ਕਰਾਂਗੇ, ਅਤੇ ਆਹ ਸਰਹੰਦ ਜਿਸ ਕਚਹਿਰੀ ਵਿੱਚ ਅਸੀਂ ਖਲੋਤੇ ਹਾਂ, ਇੱਕ ਪਾਸੇ ਤੂੰ ਹੋਵੇਂਗਾ, ਦੂਜੇ ਪਾਸੇ ਅਸੀਂ ਆਵਾਂਗੇ। ਇੱਥੇ ਆ ਕੇ ਰਣ ਤੱਤਾ ਮੱਚੇਗਾ ਜੰਗ, ਤੁਹਾਡੀ ਅਤੇ ਸਾਡੀ ਟੱਕਰ ਜੇ ਛੱਡ ਦਿੱਤਾ ਫਿਰ ਰਣ ਤੱਤੇ ਵਿੱਚ ਹੋਵੇਗੀ। ਸਾਰੀ ਕਚਹਿਰੀ ਸੁਣ। ਉਹਨਾਂ ਕਿਹਾ, ਬੇਟਾ ਬੇਟਾ ਕੀ ਸ਼ਬਦ, ਬੱਚਿਓ, ਜੇ ਫਿਰ ਪਕੜੇ ਗਏ। ਕਹਿਣ ਲੱਗੇ, ਫਿਰ ਜੋ ਕੁਝ ਅੱਜ ਤੁਸੀਂ ਕਰ ਰਹੇ ਹੋ ਫਿਰ ਵੀ ਕਰੋਗੇ? ਉਹ ਫਿਰ ਪੁੱਛਦੇ ਨੇ, ਛੱਡ ਦਿੱਤਾ, ਉਹਨਾਂ ਇੱਕੋ ਗੱਲ ਮੁਕਾਈ, ਤੂੰ ਵਾਰ ਵਾਰ ਬੁਝਾਰਤਾ ਨਾ ਪਾ ਕਿ ਅਸੀਂ ਜੇ ਛੱਡ ਦਿੱਤਾ ਸਿਰਫ ਤੁਹਾਡੀ ਸਾਡੀ ਟੱਕਰ ਹੈ, ਇਸ ਧਰਮ ਦੇ ਨਾਂ 'ਤੇ ਨਹੀਂ। ਤੁਸੀਂ ਧਰਮ ਦੇ ਨਾਂ 'ਤੇ ਜ਼ੁਲਮ ਕਰਦੇ ਹੋ, ਅਸੀਂ ਧਰਮ ਦੇ ਨਾਂ 'ਤੇ ਸ਼ਸਤਰ ਚੁੱਕ ਕੇ ਸ਼ਸਤਰ ਚੁੱਕਣ ਵਾਲੇ ਦੀਆਂ ਤਲਵਾਰਾਂ ਸਟਾਉਂਦੇ ਹਾਂ। ਓਨੀ ਦੇਰ ਤੱਕ ਲੜਦੇ ਰਹਾਂਗੇ ਜਿੰਨੀ ਦੇਰ ਤੱਕ ਜ਼ਾਲਮ ਰਾਜ ਦੀ ਜੜ੍ਹ ਨਾ ਪੱਟੀ ਜਾਏ, ਅਤੇ ਜਾਂ ਜਿੰਨੀ ਦੇਰ ਤੱਕ ਅਸੀਂ ਸ਼ਹੀਦ ਨਾ ਹੋ ਗਏ। ਉਹਨੇ ਸ਼ਬਦ ਕਹਿ ਕਹਿਣ ਲੱਗੇ, ਨੀਕੇ ਬਾਰਕ ਤੁਮ ਮਤ ਜਾਣੋ,
ਸੁਚਾਨੰਦ ਕਹਿੰਦਾ, ਕਹਿੰਦਾ ਆਹ ਜੇ ਨਿੱਕੇ ਬੱਚੇ ਜਿਨ੍ਹਾਂ ਨੂੰ ਮਲੇਰਕੋਟਲੀਆ ਕਹਿ ਰਿਹਾ ਬੱਚੇ ਨੇ, ਨਿੱਕੇ ਬਾਰਕ ਤੂੰ ਮਤ ਜਾਣੋ ਨਾਗੋਂ ਕਿ ਇਹ ਪੂਤ ਪਛਾਣੋ, ਇਹ ਤਾਂ ਨਾਗਾਂ ਦੇ ਪੁੱਤਰ ਨੇ, ਇਹ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਨੇ, ਆਉਣ ਵਾਲਾ ਭਵਿੱਖੇ ਕਿਹੋ ਜਿਹਾ ਸਿਰਜਣਗੇ। ਨਵਾਬ ਮਲੇਰਕੋਟਲੀਆ ਹਾਂ ਦਾ ਨਾਰਾ ਮਾਰ ਕੇ ਨਿਕਲਿਆ ਅਤੇ ਸਿੱਖਾਂ ਨੇ ਉਸ ਦੇ ਹਾਂ ਦੇ ਨਾਰੇ ਦੀ ਸੱਚਮੁੱਚ ਕਦਰ ਪਾਈ। ਕੋਈ ਪਿਆਰ ਕਰਕੇ ਤਾਂ ਦੇਖੇ ਇਸ ਕੌਮ ਨੂੰ, ਕੋਈ ਇਹਦੇ ਨਾਲ ਪਿਆਰ ਦਾ ਹੱਥ ਵਧਾਏ ਤਾਂ ਸਹੀ, ਉਹਨੇ ਛਡਾਇਆ ਨਹੀਂ। ਉਹ ਨੀਆਂ ਵਿੱਚ ਆ ਕੇ ਉਹਨੇ ਕਿਹਾ ਨਹੀਂ ਕਿ ਬੱਚਿਆਂ ਨੂੰ ਛੱਡ ਦਿਓ, ਸਿਰਫ ਉਹਨੇ ਹਾਂ ਦਾ ਨਾਰਾ ਮਾਰਿਆ ਕਚਹਿਰੀ ਵਿੱਚ। ਭਾਵੇਂ ਉਹ ਬਾਅਦ ਵਿੱਚ ਉਹਨੇ ਕੁਝ ਹੋਰ ਵੀ ਜ਼ੁਲਮ ਕੀਤੇ, ਪਰ ਸਿੱਖ ਦਾ ਸੀਨਾ ਜੇ ਕੋਈ ਉਹਦੇ ਨਾਲ ਦੋਸਤੀ ਦਾ ਹੱਥ ਵਧਾਉਂਦਾ ਤਾਂ ਅੱਜ ਤੀਕਰਾਂ ਵੀ ਮਲੇਰਕੋਟਲਾ ਗਵਾਹੀ ਦੇ ਰਿਹਾ ਕਿ ਕਦੀ ਮੁਹੱਬਤ ਕਰਕੇ ਦੇਖੋ ਗੁਰੂ ਘਰ ਨਾਲ, ਭਾਵੇਂ ਮੂੰਹ ਤੋਂ ਹੀ ਖਾਂ ਦਾ ਨਾਰਾ ਮਾਰਿਆ ਸੀ, ਤੁਹਾਡੇ ਨਾਰੇ ਦੀ ਕਦਰ ਜਾਣਦੇ ਹਾਂ। ਕਚਹਿਰੀ ਵਿੱਚ ਫਿਰ ਇੱਕ ਫਤਵਾ ਦਿੱਤਾ ਗਿਆ ਬਾਗੀ ਪੁਣੇ ਦਾ, ਡਾਕਟਰ ਗੰਡਾ ਸਿੰਘ ਉਹਨਾਂ ਨੇ ਕੁਝ ਹੋਰ ਵੀ ਸ਼ਬਦ ਵਰਤੇ ਸਨ ਕਿ ਉਂਗਲਾਂ ਵਿੱਚ ਪਲੀਤੇ ਲਾਉਣ ਦੀ ਗੱਲ, ਪਰ ਆਪਾਂ ਸਿਰਫ ਰਵਾਇਤ ਨੂੰ ਜੋ ਇੱਥੋਂ ਦਾ ਤੱਥ ਹੈ, ਨੀਆਂ ਵਿੱਚ ਚਿੰਨ੍ਹ ਦਾ ਫਤਵਾ ਲਾ ਦਿੱਤਾ ਗਿਆ। ਸਾਹਿਬਜ਼ਾਦੇ ਮਾਤਾ ਜੀ ਦੇ ਕੋਲ ਗਏ ਨੇ, ਇਤਿਹਾਸ ਕਹਿੰਦਾ ਹੈ ਤੁਹਾਡੇ ਸਾਹਮਣੇ ਵੀ ਇਹ ਅਸਥਾਨ ਕਿ ਨੀਆਂ ਉਸਾਰਨ ਦੀ ਤਿਆਰੀ ਹੋਣ ਲੱਗੀ। ਮਾਤਾ ਜੀ ਦੇ ਕੋਲ ਸਾਹਿਬਜ਼ਾਦੇ ਨੇ, ਪਤਾ ਭਾਵੇਂ ਇਤਿਹਾਸ ਇਹਨਾਂ ਨੂੰ ਦੋ ਦਿਨਾਂ 'ਚ ਬਿਆਨ ਕੀਤਾ, ਇੱਕ ਦਿਨ ਨੀਆਂ 'ਚ ਦੂਜੇ ਦਿਨ ਜ਼ਿਵਾ ਕਰਨ ਦੀ ਗੱਲ। ਮੈਂ ਸਿਰਫ ਕਥਾ ਕਰ ਰਿਹਾ, ਨਾ ਕੋਈ ਲੇਖ ਲਿਖਣਾ, ਇਸ ਕਰਕੇ ਮੈਂ ਸਮੁੱਚੀ ਬੇਨਤੀ ਕਰਾਂਗਾ ਕਿ ਨੀਆਂ ਵੀ ਖੜੀਆਂ ਕੀਤੀਆਂ ਗਈਆਂ, ਇੱਟਾਂ ਨਾਲ ਨੀਂਹ ਉਸਾਰੀ ਗਈ, ਨੀਂਹ ਡਿੱਗੀ ਵੀ ਹੈ, ਬੇਹੋਸ਼ੀ ਵੀ ਆਈ। ਇਤਿਹਾਸ ਨੇ ਕਿਹਾ ਕਿ ਹੋਸ਼ ਵਿੱਚ ਲਿਆਂਦਾ ਗਿਆ ਦੁੱਧ ਪਿਲਾ ਕੇ, ਪਰ ਫਤਵਾ ਦੇ ਦਿੱਤਾ ਸੀ ਸ਼ਹੀਦ ਕਰਨ ਦਾ, ਜ਼ਿਬਾ ਕਰਨ ਦਾ, ਮੌਤ ਦੇ ਘਾਟ ਉਤਾਰਨ ਦਾ। ਮਾਤਾ ਜੀ ਦੇ ਕੋਲ ਆਖਰੀ ਰਾਤ ਮੈਂ ਸਿਰਫ ਜਿਹੜੀ ਬੇਨਤੀ ਕਰਨੀ ਚਾਹੁੰਦਾ, ਜੋ ਭਾਈ ਸਾਹਿਬ ਨੇ ਚਾਰ ਕੁ ਅੱਖਰ ਕਹਿ ਕੇ ਸਾਨੂੰ ਟੁੰਬਿਆ, ਵੇਖੋ ਅਸੀਂ ਵੀ ਬੱਚਿਆਂ ਵਾਲੇ ਹਾਂ, ਸਭ ਦੇ ਨਿਆਣੇ ਘਰ ਬੈਠੇ ਨੇ, ਉਹਨਾਂ ਨੂੰ ਸਿਰ ਤੋਂ ਪੈਰਾਂ ਤੱਕ ਅਸੀਂ ਕੱਪੜਿਆਂ ਨਾਲ ਢੱਕਨੇ ਹਾਂ। ਆ ਠੰਡਾ ਬੁਰਜ ਭਾਈ ਸਾਹਿਬ ਨੇ ਕਿਹਾ, ਇਹ 'ਚ ਚਲੋ ਕਦੀ ਕਿਸੇ ਨਾਲ ਗੱਲ ਸ਼ੇਅਰ ਨਹੀਂ ਸੀ ਕੀਤੀ, ਭਾਈ ਸਾਹਿਬ ਨੇ ਅੱਜ ਕਰ ਦਿੱਤੀ ਸੰਗਤ 'ਚ। ਜਦੋਂ ਕਿਤੇ ਦਿਨ ਆਉਂਦੇ ਨੇ ਤਾਂ ਮਨ ਤੜਫਦਾ ਕਿ ਠੰਡੇ ਬੁਰਜ ਦੀ ਸਾਖੀ ਸੁਣਾਉਣ ਵਾਲੀ ਜ਼ਬਾਨ, ਕਿਤੇ 2 ਘੰਟੇ ਬਾਹਰ ਬੁਰਜ ਦੇ ਬਹਿ ਕੇ ਤਾਂ ਦੇਖੋ ਠੰਡ ਕਿਹੋ ਜਿਹੀ ਹੈ। ਤੂੰ ਸਿਰਫ 2 ਘੰਟੇ ਬਹਿਨਾ, ਤੇਰੇ ਹੱਥ ਪੈਰ ਸੁੰਨ ਹੋ ਜਾਂਦੇ ਨੇ, ਉਹ ਤਾਂ ਰਾਤਾਂ ਇੱਥੇ ਬੈਠੇ ਰਹੇ। ਕਿਤੇ ਸ਼ਹੀਦ ਜਾਂਦੇ ਨੇ, ਸਿਰਫ ਸੁਰਤ ਦੀ ਖੇਡ ਚਾਹੀਦੀ ਏ। ਆਹ ਸਪੇਸ ਵੀ ਜਿੱਥੇ ਅਸੀਂ ਬੈਠੇ ਹਾਂ, ਮੈਂ ਸ਼ਾਇਦ ਇੱਥੇ ਵੀ ਅਰਜ਼ ਕਰਕੇ ਗਿਆ ਸਾਂ, ਕਾਲਜ 'ਚ ਪੰਜੋਲੀ ਸਾਹਿਬ ਬੈਠੇ ਨੇ, ਮੈਂਬਰ ਸਾਹਿਬ ਬੈਠੇ ਨੇ ਦੋਨੋਂ, ਆਹ ਸਪੇਸ ਹੈ, ਪਰ ਦੁਨੀਆ ਭਰ ਦੇ ਚੈਨਲ ਇੱਥੇ ਚੱਲ ਰਹੇ ਨੇ। ਜੇ ਸਾਇੰਸ ਦੇ ਨਜ਼ਰੀਏ ਨਾਲ ਦੇਖੀਏ, ਹਰ TV ਚੈਨਲ ਇੱਥੇ ਹੈ, ਹਰ ਰੇਡੀਓ ਦੀ ਤਰੰਗ ਇਸ ਸਪੇਸ ਵਿੱਚ ਹੈ। ਅਗਿਆਨੀ ਬੰਦਾ ਕਹੇਗਾ ਝੂਠ ਬੋਲਦੇ ਹੋ, ਸਪੇਸ ਖਾਲੀ ਹੈ, ਕੁਛ ਵੀ ਨਹੀਂ, ਪਰ ਜਿਹਦੇ ਕੋਲ ਰੇਡੀਓ ਅਤੇ TV ਹੈ, ਮੋਬਾਈਲ ਫੋਨ ਹੈ, ਉਹ ਕਹੇਗਾ ਨਹੀਂ, ਦੇਖ ਮੈਂ ਸੁੱਚ ਔਨ ਕਰ ਲੱਗਾ ਅਤੇ ਹੁਣੇ ਤਸਵੀਰ ਵੀ ਆਵੇਗੀ ਅਤੇ ਹੁਣੇ ਸ਼ਬਦ ਦਾ ਬੋਲ ਵੀ ਸੁਣਾਈ ਦੇਵੇਗਾ। ਪਿਆਰਿਓ, ਸ਼ਹੀਦਾਂ ਦੀ ਥਾਂ ਖਾਲੀ ਨਹੀਂ, ਸਿਰਫ ਅੰਦਰ ਦੀ ਸੁਰਤ ਨੂੰ ਟਿਊਨਿੰਗ ਕਰਨ ਦੀ ਲੋੜ ਹੈ। ਵਕਤ ਨੂੰ ਇਹ ਮਤ ਭੁੱਲੋ ਅਸੀਂ 2009 'ਚ ਬੈਠੇ ਹਾਂ, ਇਉਂ ਯਾਦ ਕਰੋ ਕਿ ਅਸੀਂ ਮਾਤਾ ਗੁਜਰੀ ਜੀ ਦੇ ਚਰਨਾਂ ਵਿੱਚ ਬੈਠੇ ਹਾਂ, ਅਤੇ ਉਸ ਵਕਤ ਨੂੰ ਚੇਤੇ ਕਰੋ ਜਦੋਂ ਮੋਤੀ ਰਾਮ ਵਰਗੇ ਉਹਨਾਂ ਦੇ ਨਾਂ ਨੂੰ ਅਸੀਂ ਭੁਲਾਉਣਾ ਨਹੀਂ, ਕਿ ਜਿਨ੍ਹਾਂ ਨੇ ਹਜ਼ੂਰ ਦੇ ਲਾਲਾਂ ਨੂੰ ਆਪਣੇ ਘਰਾਂ ਵਿੱਚ ਘਰ ਵਿੱਚੋਂ ਲਿਆ ਕੇ ਦੁੱਧ ਪਿਲਾਇਆ ਸੀ। ਸਮੇਂ ਨੂੰ ਭੁੱਲ ਜਾਈਏ, ਵਕਤ ਨੂੰ ਭੁੱਲ ਜਾਈਏ, ਇਹ ਵੀ ਭੁੱਲ ਜਾਈਏ ਮੈਂ ਕਿਸ ਤਰੀਕ 'ਚ ਬੈਠਾ ਵਾਂ। ਸੁਰਤ ਦੀ ਉਡਾਰੀ ਮਾਰ ਕੇ ਲੈ ਜਾਓ ਸਮੇਂ, ਜਦੋਂ ਦੋਨੋਂ ਲਾਲ ਮਾਂ ਦੀ ਗੋਦ ਵਿੱਚ ਬੈਠੇ ਨੇ, ਅੰਦਰ ਨੂੰ ਟਿਕਾ ਕੇ ਜਦੋਂ ਸ਼ਬਦ ਜਾਰੀ ਕਰੋਗੇ, ਮੈਂ ਗੁਰੂ 'ਤੇ ਭਰੋਸਾ ਕਰਕੇ ਕਹਿੰਦਾ
ਇਹਨਾਂ ਸ਼ਹੀਦਾਂ ਦੀ ਥਾਂ 'ਤੇ ਸ਼ਹੀਦ ਸਾਡੇ 'ਤੇ ਰਹਿਮਤਾਂ ਕਰਨਗੇ। ਸ਼ਹੀਦ ਦੀ ਮੌਤ ਫਿਜ਼ੀਕਲ ਡੈਥ ਨੂੰ ਮਤ ਸਮਝੋ, ਡੈਥ ਹੈ। ਮਹਾਰਾਜ ਕਹਿੰਦੇ ਨੇ ਉਹ ਤਾਂ ਮਰਦੀ ਨਹੀਂ। ਰਾਤ ਵੀ ਮੈਂ ਉੱਥੇ ਇੱਕ ਬੇਨਤੀ ਕਰਕੇ ਆਇਆ ਕਿ ਕਰਮ ਖੰਡ ਕੀ ਬਾਣੀ ਜ਼ੋਰ, ਤਿੱਥਾਂ ਹੋਰ ਨਾ ਕੋਈ ਖੋਰ, ਤਿੱਥੇ ਜੋਧ ਮਹਾਬਲਸੂਰ, ਤਿਨ ਮੈਂ ਰਾਮ ਰਿਹਾ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਹੇ, ਨਾ ਉਹ ਮਰੇ ਨਾ ਠਾਗੇ ਜਾਹੇ। ਕੌਣ ਮਾਰ ਸਕਦਾ ਉਹਨਾਂ ਨੂੰ ਪਿਆਰਿਓ? ਜੇ ਇੱਕ ਬੰਦਗੀ ਕਰਨ ਵਾਲੇ ਦੀ ਅਸੀਂ ਪੜ੍ਹਦੇ ਹਾਂ, ਉਹ ਮੋਇਆ ਨਾ ਜਾਈ ਛੋੜ, ਨੀਆਂ ਵਿੱਚ ਖਲੋਤੇ ਹੋਏ ਜ਼ਿਬਾ ਹੋਏ ਗੁਰੂ ਕੇ ਲਾਲ, ਠੀਕ ਹੈ ਇਤਿਹਾਸ ਦੀਆਂ ਤਰੀਕਾਂ ਅਤੇ ਸਾਖੀ ਕਹੇਗੀ, ਪਰ ਜਿਹੜੇ ਰੂਹਾਨੀਅਤ ਪੱਖੋਂ ਦੇਖੋਗੇ ਤਾਂ ਇਸ ਬੁਰਜ ਵਿੱਚ ਇਹਨਾਂ ਨੀਆਂ 'ਚ ਗੁਰੂ ਕੇ ਲਾਲਾਂ ਦੀ ਬਖਸ਼ਿਸ਼ ਵਰਦੀ ਹੈ। ਕਦੀ ਬੈਠ ਕੇ ਕੋਈ ਦੇਖੇ। ਪਰ ਮੈਂ ਇੱਕ ਘਟਨਾ ਇਹਨੂੰ ਖੰਗਤਾਂ 'ਚ ਨਾ ਲਿਜਾਇਓ, ਸਿਰਫ ਇਸ ਕਰਕੇ ਕਿ ਆਪਣੇ ਬੱਚਿਆਂ ਨੂੰ ਕਿਉਂ ਮਨ 'ਚ ਆਇਆ ਵੀ ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ ਦੇਖੋ, ਪ੍ਰਬੰਧਕ ਕਮੇਟੀ ਸਾਰੇ ਵੀਰ ਹਰ ਸਾਲ ਬੜੇ ਸੋਹਣੇ ਉਪਰਾਲੇ ਹੁੰਦੇ ਨੇ, ਕੋਈ ਸ਼ੱਕ ਨਹੀਂ। ਪਰ ਮਨ 'ਚ ਇੱਕੋ ਗੱਲ ਏ, ਇਹ ਇਤਿਹਾਸਿਕ ਥਾਵਾਂ ਪੰਥ ਦੀਆਂ ਨੇ, ਕਿਸੇ ਦੀਆਂ ਨਿੱਜੀ ਨਹੀਂ। ਜੇ ਪੰਥਕ ਥਾਵਾਂ ਦੇ ਉੱਤੇ ਸੰਗਤ ਲਈ ਇੰਨਾ ਕੁ ਉਤਸ਼ਾਹ ਪੈਦਾ ਕੀਤਾ ਜਾਏ ਤਾਂ ਖੱਬੇ ਸੱਜੇ ਦੇ ਡੇਰੇਪਨ ਦੀ ਆਪਣੇ ਆਪ ਹੀ ਗੱਲ ਚਲੀ ਜਾਂਦੀ ਹੈ। ਪਖੰਡ ਵਾਲੇ ਸੰਗਤਾਂ ਆਪਣੇ ਆਪ ਗੁਰੂ ਦਰਬਾਰ ਨਾਲ ਜੁੜਨਗੀਆਂ। ਅਸਲੀ ਮਕਸਦ ਇਹ ਸੀ। ਮਾਤਾ ਜੀ ਦੇ ਕੋਲ ਰਾਤ, ਆਖਰੀ ਰਾਤ, ਦੋਨੋਂ ਲਾਲ ਜਿਨ੍ਹਾਂ ਨੂੰ ਮਾਂ ਸੀਨੇ ਨਾਲ ਲਾ ਕੇ ਆਨੰਦਪੁਰ ਰੱਖਿਆ, ਸ਼੍ਰੋਮਣੀ ਕਮੇਟੀ ਵੱਲੋਂ ਹੀ, ਧਰਮ ਪ੍ਰਚਾਰ ਕਮੇਟੀ ਵੱਲੋਂ ਛਪੀ ਹੋਈ ਕਿਤਾਬ ਵਿੱਚ ਲਿਖਿਆ ਕਿ ਮਾਤਾ ਜੀਤੋ ਜੀ ਦੇ ਸਾਹਿਬਜ਼ਾਦੇ ਨੇ। ਕਿਉਂਕਿ ਮੈਂ ਤਾਂ ਨਾਂ ਲੈ ਲਿਆ ਕਿਉਂਕਿ ਸਾਡੀ ਇਹ ਸ਼੍ਰੋਮਣੀ ਸੰਸਥਾ ਹੈ। ਮਾਤਾ ਜੀਤੋ ਜੀ ਦੇ ਚਲਾਣੇ ਦੇ ਮੁਤਲਕ ਆਪ ਜਾਣਦੇ ਹੋ, ਆਨੰਦਪੁਰ ਸਾਹਿਬ ਪੌਣੇ 2 ਸਾਲ ਦੀ ਉਮਰ ਸੀ ਬਾਬਾ ਫਤਿਹ ਸਿੰਘ ਜੀ ਦੀ। ਇੱਕ ਵਿਦਵਾਨ ਨੇ ਲਿਖਿਆ ਕਿ ਦਾਦੀ ਨੇ ਰੂੰ ਦੀਆਂ ਪੂਣੀਆਂ ਭੇਂ ਭੇਂ ਕੇ ਆਪਣੇ ਪੋਤੇ ਨੂੰ ਆਪਣੇ ਸੀਨੇ ਨਾਲ ਲਾ ਕੇ ਪਾਲਿਆ, ਕਦੀ ਅੱਖਾਂ ਤੋਂ ਦੂਰ ਨਹੀਂ ਕੀਤਾ। ਅਤੇ ਕਈ ਵਾਰੀ ਸੋਚਣਾ, ਅੱਜ ਵੀ ਬੁਰਜ 'ਚ ਖਲੋਤੀ ਮਾਂ ਨੀਆਂ ਵੱਲ ਦੇਖਦੀ ਏ, ਉਹਨੇ ਸਰਹੰਦ ਆ ਕੇ ਵੀ ਆਪਣੀਆਂ ਅੱਖਾਂ ਤੋਂ ਦੂਰ ਨਹੀਂ ਕੀਤਾ। ਮਾਤਾ ਜੀ ਦੇ ਚਰਨਾਂ 'ਚ ਆਖਰੀ ਰਾਤ ਲਾਲਾਂ ਦੀ, ਉਹ ਰਾਤ ਕਿਵੇਂ ਲੰਘੀ? ਬਸ ਇਹ ਹੀ ਮਨ ਨੂੰ ਪੁੱਛਣਾ ਹੈ, ਕਿਵੇਂ ਉਹ ਰਾਤ ਲੰਘੀ? ਹੋ ਸਕਦਾ ਕੋਈ ਸਿੱਖ ਕਹਾਉਣ ਵਾਲਾ ਰਾਤ ਨਸ਼ੇ ਚੂਰ ਹੋ ਕੇ ਪਿਆ ਹੋਵੇ, ਕੋਈ ਹੋ ਸਕਦਾ ਇਹਨਾਂ ਰਾਤਾਂ ਨੂੰ ਨੱਚਦਾ ਹੋਵੇ, ਕੋਈ ਹੋ ਸਕਦਾ ਗੰਧਨ ਵੈਣ ਗੀਤ ਸੁਣਦਾ ਹੋਵੇ, ਪਰ ਦਰਦ ਵਾਲੀ ਰਾਤ ਬਿਸਤਰੇ 'ਤੇ ਆਰਾਮ ਨਹੀਂ ਮਿਲਦਾ। ਉਹ ਬਿਸਤਰਾ ਵੀ ਪੁਕਾਰ ਕੇ ਕਹਿੰਦਾ, ਤੂੰ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਕਰਜ਼ਦਾਰ ਹੈ, ਉੱਠ ਜ਼ਮੀਨ 'ਤੇ ਬੈਠ ਅਤੇ ਕਰ ਸਿਮਰਨ, ਯਾਦ ਕਰ ਉਸ ਰਾਤ ਨੂੰ। ਮੈਂ ਇਹ ਜਜ਼ਬਾਤ ਲਈ ਨਹੀਂ, ਪਾਕਿਸਤਾਨ ਦੀ ਘਟਨਾ ਹੈ। ਇੱਕ ਸੱਜਣ ਗਏ ਸ਼ਾਹੀ ਮਸਜਿਦ ਦੇ ਸਾਹਮਣੇ, ਫਕੀਰ ਬੈਠਾ ਮੰਗ ਰਿਹਾ ਸੀ, ਉਹ ਗਾਉਂਦੇ ਵੀ ਨੇ ਨਾ, ਉਹ ਨਾਲੇ ਗਾਏ ਅਤੇ ਨਾਲੇ ਮੰਗੇ। ਇੱਕ ਸੱਜਣ ਇੱਥੋਂ ਗਏ ਸਨ ਇੰਡੀਆ 'ਚੋਂ, ਆਪਣੇ ਪੰਜਾਬ 'ਚ ਗੁਰਸਿੱਖ, ਉਹਨਾਂ ਨੇ ਕੁਝ ਰੁਪਈਏ ਦਿੱਤੇ, ਕਹਿਣ ਲੱਗੇ ਬਾਬਾ ਕਿ ਕਰਬਲਾ ਦੀ ਜੰਗ, ਹਜ਼ਰਤ ਹਸਨ ਅਤੇ ਹੁਸੈਨ ਬਾਰੇ ਕੁਝ ਸੁਣਾ। ਕਹਿੰਦੇ ਜਿਵੇਂ ਬਿਜਲੀ ਦਾ ਕਰੰਟ ਲੱਗਦਾ। ਉਹ ਫਕੀਰ ਉੱਠ ਕੇ ਕਹਿੰਦਾ, ਚੁੱਪ ਕਰ ਬੱਚਿਆ, ਹੁਣ ਰੋਣ ਜੋਗਾ ਅੱਖਾਂ 'ਚੋਂ ਪਾਣੀ ਮੁੱਕ ਗਿਆ ਹੈ, ਬੜਾ ਗਾਇਆ ਉਹਨਾਂ ਨੂੰ। ਇੱਕ ਦਰਦ ਸਮਝੀਏ, ਇਹ ਛੋਟੀ ਜਿਹੀ ਗੱਲ, ਕੋਈ ਕਹਾਣੀ ਤਾਂ ਨਹੀਂ ਹੈ, ਮਿਥਿਓਲੋਜੀ। ਅਖੀਰਲੀ ਰਾਤ ਮਾਂ ਦੇ ਸੀਨੇ ਨਾਲ ਲੱਗੇ, ਕਿੰਨੀਆਂ ਕੁ ਅਰਦਾਸਾਂ ਲੋਰੀਆਂ, ਸ਼ਬਦ ਨੇ ਦ੍ਰਿੜਤਾ ਦਿੱਤੀ। ਅੱਜ ਤੁਰਨ ਲੱਗੇ ਨੇ, ਮੈਂ ਕੁਛ ਕਾਵ ਟੋਟੇ ਲਏ ਨੇ ਢਾਡੀ ਸੋਹਣ ਸਿੰਘ ਜੀ ਸੀਤਲ ਦੇ, ਅੱਲਾ ਯਾਰ ਖਾਂ ਜੋਗੀ ਦੇ, ਤੁਰਨ ਲੱਗੇ ਨੇ। ਮਾਂ ਨੇ ਅੱਜ ਤਿਆਰ ਕੀਤਾ, ਅੱਗੇ ਵੀ ਮਾਤਾ ਜੀ ਤਿਆਰ ਕਰਦੇ ਨੇ, ਤਿਆਰ ਕਰਦਿਆਂ ਅੱਜ ਬਸਤਰ ਪਹਿਨਾਏ, ਜਲ ਨਾਲ ਮੂੰਹ ਧੋਤਾ, ਉਹ ਕਹਿੰਦਾ ਇਤਿਹਾਸਕਾਰ, ਅਤੇ ਸ਼ਬਦ ਕਹੇ, ਮੂੰਹ ਧੋਂਦਿਆਂ ਮੱਥੇ ਚੁੰਮੇ, ਕੁੱਟ ਕੇ ਗਲੇ ਨਾਲ ਲਾਇਆ, ਅਤੇ ਨਾਲ ਇਹ ਸ਼ਬਦ ਕਹਿ, ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋਲੂੰ,
ਇਹਨੂੰ ਇਕੱਲੇ ਸਰੀਰ ਦਾ ਮੋਹ ਨਾ ਸਮਝਿਓ, ਗੁਰਮੁਖੋ ਸੀਨੇ ਦਾ ਦਰਦ ਵੀ ਕੁਝ ਅਰਥ ਰੱਖਦਾ ਹੈ। ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਕੇਸ਼ੋਂ ਕੋ ਕੰਘੀ ਕਰੂੰ ਜ਼ਰਾ ਮੂੰਹ ਦੁਲਹਾ ਤੋ ਲੂੰ, ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜ਼ਾ ਤੋ ਲੂੰ, ਬੇਟਾ ਤੁਮਕੋ ਮਰਨੇ ਸੇ ਪਹਿਲੇ ਦੁਲਹਾ ਬਣਾ ਤੋ ਲੂੰ। ਮੌਤ ਵਰਨ ਚੱਲਿਓ ਲਾਲ, ਮੈਂ ਤੁਹਾਨੂੰ ਦੁਲਹੇ ਲਾੜੇ ਬਣਾ ਸਕਾਂ। ਤਿਆਰ ਕੀਤੇ ਉਹ ਦਿਨ ਜਿਹੜਾ ਸਿੱਖਾਂ ਨੂੰ ਭੁੱਲਦਾ ਨਹੀਂ। ਮਾਂ ਤਿਆਰ ਕਰਦੀ ਹੈ, ਸਿਪਾਹੀ ਆ ਗਏ। ਮਾਂ ਹਕੂਮਤ ਨੇ ਜੋ ਕੁਝ ਫਤਵੇ ਦਿੱਤੇ ਨੇ ਉੱਥੇ ਅੱਜ ਅਮਲ ਹੋਣਾ ਹੈ। ਦੋਨੋਂ ਸਾਹਿਬਜ਼ਾਦਿਆਂ ਨੂੰ ਪਿਆਰ ਦੇ ਕੇ ਸੀਨੇ ਨਾਲ ਲਾ ਕੇ ਮਸਤਕ ਚੁੰਮ ਕੇ ਤੋਰਿਆ। ਸੀਤਲ ਸਾਹਿਬ ਨੇ ਇੱਥੇ ਚਾਰ ਕੁ ਸਤਰਾਂ ਲਿਖੀਆਂ ਨੇ। ਉਹ ਕਹਿੰਦੇ ਨੇ ਬੁਰਜ ਤੋਂ ਉਤਰਦਿਆਂ ਦੀਆਂ ਬਾਬਾ ਫਤਿਹ ਸਿੰਘ ਜੀ ਨੇ ਮੱਥਾ ਟੇਕਿਆ। ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਮਾਂ ਦਾਦੀ ਮਾਂ ਦੇ ਚਰਨਾਂ 'ਚ ਮੱਥਾ ਟੇਕਿਆ। ਅਤੇ ਮੈਂ ਕਈ ਵਾਰੀ ਸੋਚਣਾ, ਬੱਚੇ ਨੂੰ ਸਕੂਲ ਦੀ ਬੱਸ 'ਤੇ ਚੜ੍ਹਾਈਦਾ। ਭਾਈ ਰੁਪਾਲ ਸਿੰਘ ਕਹਿੰਦੇ ਨੇ ਜਦੋਂ ਡਿਊਟੀ ਕੀਤੀ ਮਹਿਸੂਸ ਕੀਤਾ ਜੇ ਮੇਰੇ ਬੱਚੇ ਇੱਥੇ ਪਏ ਹੋਣ। ਤਾਂ ਸਕੂਲ ਤੁਸੀਂ ਬੀਬੀਆਂ ਭੇਜਦੀਆਂ ਜੇ ਅਤੇ ਜਿੰਨੀ ਦੇਰ ਤੱਕ ਬੱਸ ਅੱਖਾਂ ਤੋਲੇ ਨਾ ਹੋ ਜਾਏ ਮਾਈ ਗੇਟ 'ਚ ਖਲੋਤੀ ਰਹਿੰਦੀ ਹੈ। ਉਹਨਾਂ ਤਾਂ ਆਉਣਾ ਵਾਪਸ ਛੁੱਟੀ ਹੋਈ, ਪਰ ਅੱਜ ਇਹ ਉਹ ਮਾਂ ਤੋਰਨ ਲੱਗੀ ਹੈ ਜਿਹਨੂੰ ਪਤਾ ਅੱਜ ਵਾਪਸ ਨਹੀਂ ਆਉਣਾ, ਮੱਥਾ ਟੇਕਿਆ। ਇੱਥੇ ਸੀਤਲ ਸਾਹਿਬ ਨੇ ਲਿਖਿਆ ਹੈ ਕਿ ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ। ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ, ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਵੇਖ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਮਾਂ ਉਡੀਕਾਂਗੇ ਅਸੀਂ ਸੱਚ ਖੰਡ ਵਿੱਚ ਜਾ ਕੇ। ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਔਂਸੀਆਂ ਪਾ ਕੇ, ਸਾਡਾ ਜੀ ਨਹੀਂ ਲੱਗਣਾ ਤੁਸੀਂ ਛੇਤੀ ਆਉਣਾ, ਨਹੀਂ ਤਾਂ ਰੁਸਪੂ ਫਤਿਹ ਸਿੰਘ ਤੇਰਾ ਜੀ ਪਰਚਾਉਣਾ, ਅਤੇ ਅੱਗੋਂ ਉਸ ਪਿਆਰ ਭਰੀ ਜਿਹਨੇ ਸਭ ਕੁਝ ਤਨ 'ਤੇ ਹੰਢਾਇਆ, ਪੋਤਿਆਂ ਨੂੰ ਵੇਖ ਕੇ ਕਹਿਣ ਲੱਗੀ ਚੱਲੋ ਮੇਰੇ ਹੀਰੇ ਉਹ ਮੈਂ ਮਗਰੇ ਆਵਾਂ, ਪੁੱਤਾਂ ਬਾਜਿਓ ਜਿਉਂਦੀਆਂ ਕਦ ਸੁਣੀਆਂ ਮਾਵਾਂ। ਉਸ ਢਾਡੀ ਦਾ ਇੱਕ ਦਰਦ ਹੈ, ਚੱਲੋ ਮੇਰੇ ਹੀਰੇ ਉਹ ਮੈਂ ਮਗਰੇ ਆਵਾਂ, ਪੁੱਤਾਂ ਬਾਜਿਓ ਜਿਉਂਦੀਆਂ ਕਦ ਸੁਣੀਆਂ ਮਾਵਾਂ, ਪੁੱਤਰਾਂ ਦੁਆਲੇ ਰਾਮਕਾਰ ਮਾਵਾਂ ਦੀਆਂ ਬਾਹਾਂ, ਜਿੱਧਰ ਜਾਂਦੇ ਹੰਸ ਉੱਧਰ ਜਾਂਦੀਆਂ ਛਾਵਾਂ, ਵੇ ਲੋਕੋ ਮੈਂ ਟੋਰ ਘਰ ਦੀਆਂ ਰੌਣਕਾਂ ਸੱਚ ਖੰਡ ਵਸਾਵਾਂ। ਸੱਚ ਖੰਡ ਵਸਾਵਾਂ ਮੀਨਸ ਪਤੀ ਪਹਿਲਾਂ ਚਲਾ ਗਿਆ, ਵੱਡੇ ਪੋਤੇ ਕੁਛ ਦਿਨ ਹੋਏ ਨੇ ਚਲੇ ਗਏ, ਹੁਣ ਛੋਟੇ ਵੀ ਅੱਜ ਚੱਲੇ ਨੇ। ਦੋਨੋਂ ਸਾਹਿਬਜ਼ਾਦੇ ਸਾਡੇ ਬਾਬੇ ਚੱਲਦੇ ਹੋਏ ਆ ਪਹੁੰਚੇ ਜਿੱਥੇ ਜ਼ਾਲਮ ਬਿਰਤੀ ਵਾਲੇ ਸ਼ਾਸ਼ਲ ਬੇਗ ਅਤੇ ਵਾਸ਼ਲ ਬੇਗ ਦੋਨੋਂ ਜਲਾਦ ਨੇ। ਇਹ ਆਪ ਸਾਰੇ ਇਸ ਇਤਿਹਾਸ ਤੋਂ ਜਾਣੂ, ਉਹਨਾਂ ਦਾ ਮੁਕੱਦਮਾ ਸੀ ਇਸ ਕਚਹਿਰੀ 'ਚ। ਹੁਣ ਇਹਨਾਂ ਨੂੰ ਜਿਵਾਂ ਕੌਣ ਕਰੇ? ਅਸੀਂ ਆਪਣੀ ਸ਼ਬਦ ਸ਼ਰਧਾ ਦੀ ਬੋਲੀ 'ਚ ਸ਼ਹੀਦ ਕਹਿਣ ਲੱਗੇ। ਦੇਖੋ ਅੱਜ ਆਖਰੀ ਵਕਤ ਆਖਰੀ ਸਮਾਂ ਜੇ ਜੇ ਨਾ ਤੁਸੀਂ ਮੰਨੇ, ਅੱਜ ਤੁਹਾਨੂੰ ਖਤਮ ਕੀਤਾ ਜਾਏਗਾ, ਮਾਰ ਦਿੱਤਾ ਜਾਏਗਾ। ਅਤੇ ਗੁਰੂ ਕੇ ਲਾਲ ਬੋਲੇ, ਚੇਤੇ ਰੱਖਿਓ ਅੱਜ ਅਸੀਂ ਮਰਨਾ ਨਹੀਂ, ਅੱਜ ਮਰਨ ਦੇ ਵਿੱਚੋਂ ਇੱਕ ਜ਼ਿੰਦਗੀ ਨਿਕਲਣੀ ਹੈ। ਉਹ ਅੱਲਾ ਯਾਰ ਖਾਂ ਜੋਗੀ ਨੇ ਸ਼ੇਰ ਬੜੇ ਸੋਹਣੇ ਲਿਖੇ ਅਤੇ ਉਹ ਸੱਚਾਈ ਵੀ ਹੋ ਵੀ। ਕਹਿਣ ਲੱਗੇ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਫਤਵੇ ਦੇਣ ਵਾਲਿਓ, ਤਲਵਾਰਾਂ ਅਤੇ ਛੁਰੀਆਂ ਤਿੱਖੀਆਂ ਕਰਨ ਵਾਲਿਓ, ਨਵਾਬੀਆਂ ਮਾਨਣ ਵਾਲਿਓ, ਤੁਸੀਂ ਚਲਾਓ ਇੱਕ ਵਾਰੀ ਤਲਵਾਰ। ਚੇਤੇ ਰੱਖਿਓ ਜਿਹੜੀ ਤਲਵਾਰ ਅੱਜ ਚੱਲਦੀ ਪਈ ਇਸ ਥਾਂ ਤੋਂ ਸਦਾ ਲਈ ਤਲਵਾਰ ਅਲੋਪ ਹੋ ਜਾਏਗੀ। ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਡਰਤਾ ਨਹੀਂ ਹੈ ਅਕਾਲ ਕਿਸੀ ਸ਼ੈਨ ਸ਼ਾਹ ਕੀ ਸ਼ਾਨ ਸੇ। ਉਪਦੇਸ਼ ਆਪਣਾ ਸੁਣ ਲਓ ਜ਼ਰਾ ਦਿਲ ਕੇ ਕਾਨ ਸੇ, ਕਹਿ ਰਹੇ ਹੈ ਹਮ ਤੁਮਕੋ ਖੁਦਾ ਕੀ ਜ਼ੁਬਾਨ ਸੇ। ਤੁਸੀਂ ਕਹਿੰਦੇ ਹੋ ਕੁਰਾਨ ਖੁਦਾ ਦੀ ਜ਼ਬਾਨ ਹੈ, ਪਰ ਜੋ ਅਸੀਂ ਅੱਜ ਬੋਲਨੇ ਪਏ ਹਾਂ ਸਾਡੀ ਜ਼ਬਾਨ ਵਿੱਚੋਂ ਰੱਬ ਬੋਲਦਾ ਪਿਆ ਹੈ। ਅਤੇ ਉੱਥੇ ਗੁਰੂ ਅਰਜਨ ਸਾਹਿਬ ਦੇ ਸ਼ਬਦ ਚੇਤੇ ਆਉਂਦੇ ਨੇ, ਰੱਤੇ ਸਹੀ ਜੇ ਮੁੱਖ ਨਾ ਮੁੜਨ, ਜਿੰਨੀ ਸੰਝਾਤਾ ਸਾਈਂ।
ਉਹ ਸ਼ਬਦ ਅਗਾਂਹ ਕੁ ਤਰਾਂਗ, ਪਿਛਾਂ ਫੇਰ ਨਾ ਮੋਢੜਾ, ਨਾਨਕ ਸਿੱਝ ਅਵੇਹਾ ਵਾਰ ਬੌੜ ਨਾ ਹੋਵੀ ਜਨਮੜਾ। ਸਾਡੀ ਸਿੱਖੀ ਵਿੱਚ ਦੋ ਸ਼੍ਰੇਣੀਆਂ ਨੇ ਸ਼ਹੀਦਾਂ ਦੀਆਂ, ਸ਼੍ਰੇਣੀਆਂ ਦਾ ਅਰਥ ਵਿਤਕਰਾ ਨਹੀਂ ਸਮਝਣਾ, ਦੋ ਧਾਰਾਵਾਂ ਨੇ ਸ਼ਹੀਦਾਂ ਦੀਆਂ। ਇੱਕ ਹੈ ਸਿਦਕ ਸਿਰੜ ਸਬਰ ਦੀ ਸ਼ਹੀਦੀ, ਅਤੇ ਦੂਜੀ ਹੈ ਹਥਿਆਰਬੰਦ ਜੁਝਾਰੂ ਸ਼ਹੀਦੀ। ਚਮਕੌਰ ਸਾਹਿਬ ਦੀਆਂ ਸ਼ਹੀਦੀਆਂ ਜੁਝਾਰੂ ਸ਼ਹੀਦੀਆਂ ਨੇ, ਜੂਝ ਕੇ ਸ਼ਹੀਦ ਹੋਏ, ਪਰ ਸਰਹੰਦ ਦੀਆਂ ਨੀਹਾਂ ਵਿੱਚ ਬਾਪੂ ਕਹਿ ਰਿਹਾ ਜੇ ਮੇਰੇ ਪੁੱਤਰ ਜੂਝ ਸਕਦੇ ਨੇ ਤਾਂ ਛੋਟੇ ਸਿਰੜ ਅਤੇ ਸਿਦਕ ਨਾਲ ਬਿਨਾਂ ਹੱਥ ਚੁੱਕਿਆਂ ਸ਼ਹਾਦਤ ਦਾ ਜਾਮ ਪੀ ਸਕਦੇ। ਇੱਕ ਜੁਝਾਰੂ ਸ਼ਹੀਦੀ ਦੋ ਲਾਲਾਂ ਦੀ, ਇੱਕ ਸਿਦਕ ਵਾਲੀ। ਹੁਣ ਉਹ ਘੜੀ, ਉਹ ਵਕਤ ਆਇਆ ਜਿਹਦੀ ਗੱਲ ਕਰਦਿਆਂ ਹਰ ਪ੍ਰਚਾਰਕ ਦੀ ਜ਼ਬਾਨ ਕੰਬੀ, ਜਿਹਦੇ ਬਾਰੇ ਲਿਖਦਿਆਂ ਹਰ ਲਿਖਾਰੀ ਦੀ ਕਲਮ ਰੋਈ, ਜਿਹਦੀ ਗੱਲ ਕਰਦਿਆਂ ਅਸਮਾਨ ਅਤੇ ਧਰਤੀ ਵੀ ਉਹਨੂੰ ਦੇਖ ਕੇ ਪਾਟੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਲਈ ਨੀਹਾਂ ਵੀ ਬਣਾਈਆਂ। ਰਤਨ ਸਿੰਘ ਭੰਗੂ, ਸੈਨਾ ਸਿੰਘ, ਕਵੀ ਸੰਤੋਖ ਸਿੰਘ, ਗੁਰੂ ਮਹਿਮਾ, ਉਹ ਕਹਿੰਦੇ ਨੇ ਗੋਡਿਆਂ 'ਚ ਰੱਖ ਕੇ ਜਿਬਾ ਕਰਨ ਲੱਗੇ। ਨੀਆਂ ਉਸਾਰਦਿਆਂ ਕਿਹਾ ਸੀ ਇਹ ਨੀਆਂ ਵਿੱਚ ਤੁਸੀਂ ਖਤਮ ਹੋ ਜਾਓਗੇ। ਉੱਥੇ ਫਿਰ ਜੋਗੀ ਅੱਲਾ ਯਾਰ ਖਾਂ ਨੇ ਲਿਖਿਆ, ਗੁਰੂ ਕੇ ਲਾਲਾਂ ਬਾਬੇ ਫਤਿਹ ਸਿੰਘ ਜੀ ਦੀ ਆਵਾਜ਼ ਸੀ, ਫਤਿਹ ਸਿੰਘ ਜੀ ਦੀ, ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚੱਲੇ, ਸਿੱਖੀ ਕੀ ਨੀਵ ਖਮ ਖੈ ਸਰੋਂ ਪੇ ਉਠਾ ਚੱਲੇ। ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚੱਲੇ, ਸਿੱਖੀ ਕੀ ਨੀਵ ਖਮ ਖੈ ਸਰੋਂ ਪੇ ਉਠਾ ਚੱਲੇ, ਗੁਰਿਆਈ ਕਾ ਕਿੱਸਾ ਜਹਾਂ ਮੇਂ ਬੁਨਾ ਚੱਲੇ। ਤੁਸੀਂ ਕਹਿੰਦੇ ਹੋ ਨੀਆਂ, ਇਸ ਨੀਆਂ ਦੀ ਥਾਂ 'ਤੇ ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚੱਲੇ, ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ, ਦੁਨੀਆਂ ਮੇਂ ਜ਼ਾਲਮੋ ਕਾ ਨਿਸ਼ਾਂ ਤੱਕ ਮਿਟਾਏਗੀ। ਇਹ ਨੀਆਂ ਨਹੀਂ, ਇਸ ਕੌਮ ਦੇ ਰਾਜ ਭਾਗ ਦੀ ਪਹਿਲੀ ਇੱਟ ਰੱਖੀ ਜਾ ਰਹੀ ਹੈ। ਉੱਧਰ ਸਨਮਾਨਯੋਗ ਮਾਤਾ ਜੀ ਨੇ ਦੇਖਿਆ ਠੰਡਾ ਬੁਰਜ, ਉੱਥੇ ਸੀਤਲ ਸਾਹਿਬ ਨੇ ਇੱਕ ਵਲਵਲਾ ਬਿਆਨ ਕੀਤਾ ਹੈ। ਕਹਿੰਦੇ ਨੇ ਜਦੋਂ ਕੋਈ ਘਰੋਂ ਜੀ ਚਲਾ ਜਾਏ, ਹਰ ਖੁਸ਼ੀ ਗਮੀ ਵੇਲੇ ਉਹਦੀ ਯਾਦ ਆਉਂਦੀ ਹੈ। ਕੋਈ ਪਰਿਵਾਰ ਦਾ ਜੀ ਜਾਏ, ਸੁੱਖ ਦੁੱਖ ਵਿੱਚ ਦੋਨੋਂ ਲਾਲ ਸ਼ਹੀਦ ਹੋਣ ਲੱਗੇ, ਅਤੇ ਮਾਂ ਦੇ ਅੰਦਰ ਦੇ ਵਲਵਲੇ, ਉਹਨਾਂ ਕਿਹਾ ਆ ਜਾ ਜੀਤੋ ਰਾਣੀਏ, ਲੈ ਮਿੰਟ ਉਧਾਰੇ, ਤੱਕ ਲੈ ਮੇਰੀ ਬੱਚੀਏ ਚੰਨ ਚੜ੍ਹਦੇ ਖਾਰੇ। ਅੱਜ ਦੇਖੋ ਵਕਤ, ਆ ਜਾ ਜੀਤੋ ਰਾਣੀਏ, ਲੈ ਮਿੰਟ ਉਧਾਰੇ, ਤੱਕ ਲੈ ਮੇਰੀ ਬੱਚੀਏ ਚੰਨ ਚੜ੍ਹਦੇ ਖਾਰੇ। ਕਿੰਨੇ ਸ਼ੇਣੇ ਲੱਗਦੇ ਇਸ ਉਮਰੇ ਪਿਆਰੇ, ਟੁੱਟਣਗੇ ਅੱਜ ਅੰਬਰੋ ਦੋ ਰੋਸ਼ਨ ਤਾਰੇ, ਤੱਕ ਕੇ ਫਿੱਕੇ ਪੈਣਗੇ ਚੰਦ ਸੂਰਜ ਤਾਰੇ। ਦੋਨਾਂ ਲਾਲਾਂ ਨੂੰ ਉਹਨਾਂ ਨੇ ਰੱਖ ਕੇ ਗਰਦਨ ਦੇ ਉੱਪਰ ਛੁਰੀਆਂ, ਭਾਵੇਂ ਕੁਝ ਇਤਿਹਾਸਕਾਰਾਂ ਨੇ ਗਰਦਨ ਸੀਸ ਕੱਟਣ ਦੀ ਗੱਲ ਕੀਤੀ ਹੈ, ਉਹਨਾਂ ਨੂੰ ਜ਼ਿਬਾ ਕੀਤਾ ਗਿਆ। ਬਾਬਾ ਜ਼ੋਰਾਵਰ ਸਿੰਘ ਜੀ, ਭੀੜ ਬੜੀ ਇਕੱਠੀ ਸੀ ਵੇਖਣ ਵਾਲੀ। ਮੈਂ ਸੋਚਣਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਗੁਰੂ ਰਾਮਦਾਸ, ਤੇਰਾ ਘਰ, ਤੇਰੀ ਖਾਨਦਾਨ, ਤੇਰੀ ਔਲਾਦ, ਤੇਰਾ ਖੂਨ, ਇੱਕ ਤੇਰਾ ਖੂਨ ਬੈਠਦਾ ਲਾਹੌਰ ਤੱਤੀ ਤਵੀ 'ਤੇ, ਤਮਾਸ਼ਬੀਨ ਲੋਕ ਉਹਨੂੰ ਵੀ ਵੇਖਦੇ ਨੇ। ਇੱਕ ਚਾਂਦਨੀ ਚੌਂਕ ਵੀ ਸ਼ਹੀਦ ਹੁੰਦੇ ਨੇ ਅਤੇ ਭੀੜ ਉਹਨਾਂ ਨੂੰ ਵੀ ਦੇਖਦੀ ਏ, ਅਤੇ ਇੱਕ ਸਰਹੰਦ ਦੀਆਂ ਨੀਹਾਂ 'ਚ ਖਲੋਤੇ ਨੇ, ਤਮਾਸ਼ਬੀਨ ਲੋਕ ਉਦਨ ਵੀ ਵੇਖਣ ਆਏ। ਬਾਬਾ ਜ਼ੋਰਾਵਰ ਸਿੰਘ, ਉਹਨਾਂ ਦੇ ਅੰਦਰੋਂ ਆਤਮਾ ਨੇ, ਹੰਸ ਨੇ, ਪ੍ਰਾਣ ਕਹਿ ਲਓ, ਜਿੰਦ ਕਹਿ ਲਓ, ਜੋ ਅਸੀਂ ਸ਼ਬਦ ਵਰਤੀਏ, ਪਹਿਲਾਂ ਬਾਬਾ ਜ਼ੋਰਾਵਰ ਸਿੰਘ ਜੀ ਦੇ ਪ੍ਰਾਣ ਨਿਕਲੇ, ਉਹ ਸ਼ਹੀਦ ਹੋਏ। ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਦਾ, ਉਹਦੇ ਵਿੱਚ ਲਿਖਿਆ ਹੈ ਕਿ ਬਾਬਾ ਫਤਿਹ ਸਿੰਘ ਜੀ 12 ਕੁ ਮਿੰਟ ਤੱਕ ਚਰਨ ਮਾਰਦੇ ਰਹੇ। ਹੁਣ ਇਹ ਸ਼ਬਦ ਕਹਿਣੇ ਬਹੁਤ ਸੌਖੇ ਨੇ, ਮੈਂ ਕਹਿ ਦਿੱਤੇ ਨੇ, ਤੁਸੀਂ ਸੁਣ ਲਓਗੇ। ਚਰਨ ਮਾਰਨ ਦਾ ਮਤਲਬ ਕੀ ਸੀ? ਅਜੇ ਸਵਾਸ ਨਹੀਂ ਸਨ ਨਿਕਲੇ। ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ, ਉਹ ਚਰਨ ਮਾਰਦ ਭੈ ਸ਼ਬਦ ਨੇ,
ਕਿ 12 ਕੁ ਮਿੰਟ ਦਾ ਸਮਾਂ ਬਣਦਾ, 10 ਮਿੰਟ ਤੋਂ ਜ਼ਿਆਦਾ ਹੈ। ਦੋਨਾਂ ਲਾਲਾਂ ਨੇ ਸ਼ਹਾਦਤ ਦਾ ਜਾਮ ਪੀਤਾ। ਉੱਧਰ ਸਨਮਾਨਯੋਗ ਮਾਤਾ ਗੁਜਰੀ ਜੀ, ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਹਜ਼ੂਰ ਸੱਚੇ ਪਾਤਸ਼ਾਹ, ਮੈਂ ਸਮਾਪਤੀ ਵੱਲ ਆ ਰਿਹਾ, ਤੁਸੀਂ ਥੋੜ੍ਹਾ ਜਿਹਾ ਟਿਕਾ ਬਖਸ਼ਿਓ ਕਿ ਇਸ ਸਾਕੇ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਦਾ ਅੰਦਰ ਕਿੱਥੇ ਹੈ। ਮੈਂ ਸ਼ੁਰੂਆਤ ਕੀਤੀ ਸੀ ਕਿ ਤਰਕ ਵਾਲਾ ਕਹੇਗਾ ਕੁਛ ਨਹੀਂ ਰਿਹਾ, ਪਰ ਗੁਰਮਤਿ ਕਹੇਗੀ ਬਹੁਤ ਕੁਛ ਪੱਲੇ ਪੈ ਗਿਆ ਜਿਹੜਾ ਦੁਨੀਆਂ ਦੇ ਕਿਸੇ ਪੈਗੰਬਰ ਦੇ ਪੱਲੇ ਨਾ ਪਿਆ। ਹਜ਼ੂਰ ਰਾਏ ਇਕੱਲੇ ਕੁੱਲ ਨੇ, ਇੱਧਰ ਲਾਲ ਸ਼ਹੀਦ ਹੋ ਗਏ ਨੇ। ਹਜ਼ੂਰ ਨੂੰ ਉਹਨੇ ਕਿਹਾ ਮਹਾਰਾਜ ਸੇਵਾ, ਸੱਚੀ ਸਰਕਾਰ ਨੇ ਕਿਹਾ ਦੋਨਾਂ ਲਾਲਾਂ ਦੀ ਖਬਰ, ਪਿਤਾ ਨੇ ਜਿਹਦੇ ਅੰਦਰ ਸਾਰੇ ਸੰਸਾਰ ਦਾ ਦਰਦ ਹੈ, ਮੇਰੇ ਪੁੱਤਰਾਂ ਦੀ ਖਬਰ, ਨੂਰਾ ਆਇਆ। ਤੁਹਾਨੂੰ ਸਭ ਨੂੰ ਪਤਾ ਇਸ ਸਰਹੰਦ ਦੀਆਂ ਗਲੀਆਂ ਦੇ ਕੱਖ ਵੀ ਵਹਿਣ ਪਾਉਂਦੇ ਸਨ, ਸਰੀਰ ਰੱਖੇ ਗਏ। ਟੋਡਰ ਮੱਲ ਜੀ ਨੇ, ਆਪ ਸਾਰੇ ਜਾਣਦੇ ਹੋ ਕਿ ਉਹ ਜ਼ਮੀਨ ਮੋਹਰਾਂ ਵਿਛਾ ਕੇ, ਕਈ ਸੱਜਣ ਕਹਿੰਦੇ ਨੇ ਟੇਢੀਆਂ, ਪਰ ਮੈਂ ਕਹਿੰਦਾ ਸਾਰੀ ਧਰਤੀ ਸੋਨੇ ਨਾਲ ਜੜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦਾ ਸੰਸਕਾਰ ਕੀਤਾ ਗਿਆ, ਖਰੀਦੀ ਗਈ। ਨੂਰਾ ਮਾਈ ਆਇਆ, ਸਭ ਕੁਛ ਸੁਣਿਆ, ਪਰ ਜਿਉਂ ਜਿਉਂ ਸੁਣੇ ਕਿ ਇਨਸਾਨ ਦਾ ਅੰਦਰ ਕਿੱਥੇ ਟਿਕੇਗਾ। ਕਲੇਜਾ ਮੂੰਹ ਨੂੰ ਆਇਆ, ਵਾਪਸ ਤੁਰਿਆ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਗੱਲ ਬੜੀ ਸੋਹਣੀ ਲਿਖੀ ਵਾਰਤਕ 'ਚ, ਉਹਨਾਂ ਦੀ ਸਿੱਖੀ ਦੀ ਆਤਮਾ, ਵੈਸੇ ਕਿਤਾਬ ਅੰਗਰੇਜ਼ੀ ਵਿੱਚ ਹੈ, ਉਹਦਾ ਤਰਜਮਾ ਪੰਜਾਬੀ 'ਚ ਹੋਇਆ। ਕਹਿਣ ਲੱਗੇ ਹਜ਼ੂਰ ਨੇ ਕਿਹਾ ਪਿਆਰੇ ਦਇਆ ਸਿੰਘ, ਦੇਖੋ ਨੂਰਾ ਖਬਰ ਲੈ ਕੇ ਆ ਰਿਹਾ, ਉੱਧਰ ਸੂਰਜ ਢਲਦਾ ਪਿਆ ਅਤੇ ਇੱਧਰ ਨੂਰਾ ਸਰਹੰਦ ਤੋਂ ਖਬਰ ਲੈ ਕੇ ਪਹੁੰਚਿਆ। ਪ੍ਰੋਫੈਸਰ ਸਾਹਿਬ ਕੁਝ ਜਜ਼ਬਾਤੀ ਸਨ, ਅੰਦਰੋਂ ਵਹਿ ਹੋਏ ਸਨ ਸਿੱਖੀ 'ਚ। ਕਹਿੰਦੇ ਨੇ ਨੂਰੇ ਨੇ ਹਜ਼ੂਰ ਨੂੰ ਦੇਖਿਆ ਪਰ ਆਪਣੇ ਹੱਥਾਂ ਨਾਲ ਆਪਣੇ ਚਿਹਰੇ ਨੂੰ ਢੱਕਣ ਦਾ ਯਤਨ ਕਰਨ ਲੱਗਾ, ਕਿਵੇਂ ਦੱਸਾਂਗਾ ਕਿ ਚੋਜੀ ਪ੍ਰੀਤਮ ਤੇਰੇ ਪੁੱਤਰਾਂ ਨਾਲ ਕੀ ਬੀਤੀ। ਕੋਲ ਆਇਆ, ਹਜ਼ੂਰ ਨੇ ਕਿਹਾ ਤੂੰ ਬੋਲ ਕੁਛ। ਉਹ ਬੋਲੇ ਕੀ, ਉਹਦਾ ਗਲਾ ਰੁਕਿਆ ਹੈ, ਉਹਦੀ ਜ਼ਬਾਨ 'ਚੋਂ ਸ਼ਬਦਾਂ ਦਾ ਜਨਮ ਨਹੀਂ ਹੋ ਰਿਹਾ। ਇੱਕੋ ਸ਼ਬਦ ਨਿਕਲਿਆ, ਮਹਾਰਾਜ ਕੈਸੀ ਸ਼ਾਮ, ਆ ਸੂਰਜ ਢਲਦਾ, ਮੈਂ ਆਪ ਨੂੰ ਕੀ ਦੱਸਾਂ। ਹੱਸ ਕੇ ਕਹਿਣ ਲੱਗੇ, ਉਹ ਨੂਰਿਆ ਮੈਂ ਸ਼ਾਮਾਂ ਦੇ ਸੁਨੇਹੇ ਸੁਣਦਾ ਆਦੀ ਹੋ ਗਿਆ ਵਾਂ। ਕਿਵੇਂ? ਪ੍ਰੋਫੈਸਰ ਸਾਹਿਬ ਦੀ ਉਡਾਰੀ, ਜਿੱਦਣ ਪਿਤਾ ਦਾ ਸੀਸ ਆਇਆ ਆਨੰਦਪੁਰ ਸਾਹਿਬ ਕੀਰਤਪੁਰ ਪਹੁੰਚੇ, ਉਦਣ ਵੀ ਸ਼ਾਮ ਸੀ, ਸੂਰਜ ਢਲ ਰਿਹਾ ਸੀ। ਕੁਝ ਦਿਨ ਪਹਿਲਾਂ ਜਦੋਂ ਜੁਝਾਰ ਪੁਰਜਾ ਕੱਟ ਮਰੇ ਛੋਟੇ ਸਾਹਿਬਜ਼ਾਦੇ ਦੂਜੀ ਥਾਂ ਵਾਲੇ, ਉਦੋਂ ਵੀ ਸ਼ਾਮ ਸੂਰਜ ਢਲ ਰਿਹਾ ਸੀ, ਅੱਜ ਤੀਜੀ ਸ਼ਾਮ ਹੈ। ਜੋ ਕੁਝ ਹੋਇਆ ਮੈਨੂੰ ਸੁਣਾ, ਚੇਤੇ ਰੱਖੀਂ ਸੀ ਸ਼ਾਮ ਦੇ ਨਾਲ ਦੋ ਤੂੰ ਸੁਣਾਏਗਾ, ਜ਼ਾਲਮ ਰਾਜ ਦੀਆਂ ਸ਼ਾਮਾਂ ਪੈ ਜਾਣਗੀਆਂ। ਉਹਨੇ ਫਿਰ ਦੱਸਿਆ, ਮਹਾਰਾਜ ਇਸ ਤਰ੍ਹਾਂ ਬੁਰਜ 'ਚ ਰੱਖਿਆ, ਇਸ ਤਰ੍ਹਾਂ ਨੀਆਂ ਚੁਣਿਆ, ਇਸ ਤਰ੍ਹਾਂ ਇੱਟਾਂ ਲਾਈਆਂ, ਇਸ ਤਰ੍ਹਾਂ ਜ਼ਿਬਾ ਕੀਤਾ ਗਿਆ। ਜਦੋਂ ਸਾਰੀ ਗੱਲ ਦੱਸੀ, ਇੱਥੇ ਮੈਂ ਇੱਕ ਅਰਜ਼ ਅਕਸਰ ਕਰਨਾ ਹੁੰਦਾ, ਸਿੱਖਾਂ ਦੇ ਅੰਦਰ ਬੈਰਾਗ ਸੀ, ਰੋ ਪਏ। ਭਾਈ ਕਾਨ ਸਿੰਘ ਨਾਭਾ ਹੁਣਾਂ ਨੇ ਤਾਂ ਖਾਸ ਕਰਕੇ ਨਿਹੰਗਾਂ ਸਿੰਘਾਂ ਦੀ ਗੱਲ ਕਰਦਿਆਂ ਕਿਹਾ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ, ਜਦੋਂ ਖੇਲਣ ਤੋਂ ਵੱਡਿਆਂ ਨੇ ਕਿਹਾ ਤੂੰ ਛੋਟੇ ਵਜੇ, ਅਤੇ ਅੰਦਰ ਗਏ, ਦੁਮਾਲੇ ਛਡਾਏ, ਦਸਤਾਰਾਂ ਸਜਾਈ ਗਏ, ਵੱਡੀ ਦਸਤਾਰ ਦੁਮਾਲਾ ਸਜਾ ਕੇ ਬਾਹਰ ਆ ਕੇ ਕਹਿਣ ਲੱਗੇ, ਜਿਹਦੀ ਦਸਤਾਰ ਵੱਡੀ ਉਹੀ ਵੱਡਾ। ਧੰਨ ਗੁਰੂ ਗੋਬਿੰਦ ਸਿੰਘ ਆਏ, ਸੀਨੇ ਨਾਲ ਲਾ ਕੇ ਕਿਹਾ ਪੁੱਤਰ ਕੌਣ ਕਹਿੰਦਾ ਤੂੰ ਛੋਟਾ, ਤੂੰ ਮੇਰੇ ਬੇਟੇ ਬਹੁਤ ਵੱਡਾ ਹੈ, ਪੰਜ ਸਿੱਖ ਇਤਿਹਾਸ ਕਹਿੰਦਾ। ਨੀਲੇ ਬਸਤਰ ਪਹਿਨਾ ਕੇ ਬਾਬਾ ਫਤਿਹ ਸਿੰਘ ਜੀ, ਇਸੇ ਕਰਕੇ ਸੀ ਸ਼ਬਦ ਲਾਡਲੀ ਫੌਜ ਵੀ ਵਰਤਨੇ। ਉੱਥੇ ਹਜ਼ੂਰ ਨੇ ਜਦੋਂ ਸੁਣਿਆ, ਅਤੇ ਜਿਹੜੇ ਉਹ ਸ਼ਬਦ ਉਸ ਵਿਦਵਾਨ ਨੇ ਆਪਣੀ ਕਲਮ ਰਾਹੀਂ ਲਿਖੇ, ਉਹ ਲਿਖਦਾ ਸਰਹੰਦ 'ਚੋਂ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ, ਟੁਰ ਗਏ। ਸ਼ਬਦ ਨੂੰ ਮਹਿਸੂਸ ਕਰੋ, ਸਰਹੰਦ 'ਚੋਂ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ, ਦੋਵੇਂ ਸ਼ਹੀਦ ਹੋ ਗਏ ਨੇ, ਨੌ ਨਿਕਾਲ ਟੁਰ ਗਏ।
ਸੂਬੇ ਨੇ ਕੰਧਾਂ ਵਿੱਚ ਪੀੜ ਦਿੱਤੇ, ਕੋਮਲ ਸਰੀਰ ਇੱਟਾਂ ਵਿੱਚ ਨਪੀੜ ਦਿੱਤੇ। ਸੁਣ ਕੇ ਇਹ ਗੱਲ ਸਾਰੀ ਉਹ ਮੁਸਕਰਾ ਕੇ ਉੱਠਿਆ, ਧੰਨ ਗੁਰੂ ਗੋਬਿੰਦ ਸਿੰਘ। ਸੁਣ ਕੇ ਇਹ ਗੱਲ ਸਾਰੀ ਉਹ ਮੁਸਕਰਾ ਕੇ ਉੱਠਿਆ। ਉਸ ਪਾਤਸ਼ਾਹ ਨੇ ਨੂਰੇ ਕੋਲ ਆ ਕੇ ਪੁੱਛਿਆ, ਤੂੰ ਰੂਬਰੂ ਸੈਂ ਕੋਈ ਗੱਲ ਨਾ ਲੁਕਾਈ, ਤੂੰ ਸੱਚ ਸੱਚ ਦੱਸੀ, ਕੋਈ ਕਹਿਰ ਨਾ ਕਮਾਈ, ਕੋਈ ਖਿੰਝ ਤੇ ਨਾ ਕੇਰੀ, ਕੋਈ ਆਹ ਤੇ ਨਾ ਕੱਢੀ। ਮੇਰੇ ਲਾਲਾ ਨੇ ਉੱਚੀ ਸਾਹ ਤੇ ਨਾ ਕੱਢੀ, ਤੇਸੀ ਦੇ ਨਾਲ ਲੱਗੀ ਜਦ ਸੱਟ ਸੀ ਕਰਾਰੀ, ਮੇਰੇ ਫਤਿਹ ਨੇ ਉੱਚੀ ਚੀਖ ਤੇ ਨਾ ਮਾਰੀ। ਇਹ ਵੀ ਕਹਿਣ ਦਾ ਅੰਦਾਜ਼ ਵੱਖਰਾ ਸੀ ਲੋਕੋ, ਜੋ ਉਸਨੇ ਵਜਾਇਆ ਉਹ ਸਾਜ ਵੱਖਰਾ ਸੀ। ਜੋ ਧੰਨ ਗੁਰੂ ਗੋਬਿੰਦ ਸਿੰਘ ਦਾ ਸੀਨਾ ਹੈ, ਉਹ ਸਾਜ਼ ਭਾਣੇ ਦਾ ਰੱਬੀ ਰਜ਼ਾ ਦਾ ਕਿਸੇ ਹੋਰ ਕੁੱਲ ਨਹੀਂ। ਇਹ ਤੇ ਇਤਿਹਾਸਕਾਰਾਂ ਤੇ ਕਵੀਆਂ ਦੇ ਖਿਆਲ ਸਨ। ਚੋਜੀ ਪ੍ਰੀਤਮ ਨੇ ਕਾਹੀ ਦਾ ਬੂਟਾ ਪੱਟਿਆ, ਕਲਮ ਪਕੜੀ। ਉਸ ਕਲਮ ਦੇ ਮੈਂ ਕੁਝ ਕੁ ਸ਼ੇਰ ਕਹਿ ਕੇ ਸਮਾਪਤੀ ਕਰਨੀ। ਚੜ੍ਹਦੀ ਕਲਾ ਦੇਖੋ, ਅੱਜ ਚਾਰ ਪੁੱਤਰ ਸ਼ਹੀਦ ਹੋ ਗਏ, ਖਬਰ ਪੱਕੀ ਹੈ। ਮਾਤਾ ਜੀ ਚਲੇ ਗਏ, ਬਿਲਕੁਲ ਸੱਚ ਹੈ। ਪਰ ਸੱਚਾਈ ਇਹ ਵੇ, ਕਲਮ ਚੁੱਕੀ ਅਤੇ ਗੁਰੂ ਗੋਬਿੰਦ ਸਿੰਘ ਲਿਖਣ ਲੱਗੇ ਜ਼ਫਰਨਾਮਾ। ਅੱਜ ਮੈਂ ਜਿੱਤ ਗਿਆ ਵਾਂ ਔਰੰਗਜ਼ੇਬ, ਤੂੰ ਹਾਰ ਗਿਆ। ਕਿਵੇਂ? ਤੂੰ ਖੂਨ ਪੀ ਕੇ ਦੁਨੀਆ ਦਾ ਸੁੱਖ ਹੰਢਾ ਕੇ ਵੀ ਸੇਜ 'ਤੇ ਬੈਠਾ ਤੜਫਣੇ, ਮੈਂ ਪੁੱਤਰਾਂ ਦੀ ਖਬਰ ਸੁਣ ਕੇ ਵੀ ਅੱਜ ਰੜੇ ਉੱਤੇ ਬੈਠਾ। ਮੇਰੇ ਸੀਨੇ ਨੂੰ ਪੁੱਛ ਕੇ ਦੇਖ, ਜਿਹੜਾ ਮੇਰੇ ਅੰਦਰ ਸੁੱਖ ਉਹ ਤੈਨੂੰ ਕਦੀ ਵੀ ਨਸੀਬ ਨਹੀਂ ਹੋਇਆ ਅਤੇ ਹੋਣਾ ਵੀ ਨਹੀਂ। ਉਸ ਕਲਮ ਨੇ ਸੀਨਾ ਵਿੰਨ ਕੇ ਰੱਖ ਦਿੱਤਾ। ਜ਼ਫਰਨਾਮੇ ਦਾ ਪਹਿਲਾ ਸ਼ੇਰ ਹੀ ਇਹ ਸੀ ਕਿ ਕਮਾਲ ਏ ਕਰਾਮਾਤ ਕਾਇਮ ਕਰੀਮ, ਕੋਈ ਉਲਾਮਾ ਨਹੀਂ। ਵਾਹਿਗੁਰੂ, ਮੈਂ ਤੇਰੀ ਕਰਾਮਾਤ ਦਾ ਕਾਇਲ ਹਾਂ, ਤੇਰੇ ਵਰਗਾ ਕੋਈ ਨਹੀਂ ਖੁਸ਼ੀਆਂ ਦੇਣ ਵਾਲਾ। ਕੋਈ ਤਰਕ ਵਾਲਾ ਹੁੰਦਾ, ਕੋਈ ਭਾਣੇ ਤੋਂ ਆਕੀ ਹੁੰਦਾ ਅਤੇ ਉਲਾਂਭਾ ਦਿੰਦਾ, ਬਿਲਕੁਲ ਨਹੀਂ। ਚੋਜੀ ਪ੍ਰੀਤਮ ਨੇ ਕਿਹਾ, ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ, ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਖਤਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ। ਤੀਸਰਾ ਬਚਨ ਕਿਹਾ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਅੱਜ ਕੁਛ ਨਹੀਂ, ਨਾ ਸਾਜ਼ ਨਾ ਬਾਜ਼ ਨਾ ਫੌਜਾਂ ਨਾ ਸਿੰਘਾਸਨ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦਾ ਐਸ਼ ਅਰਸ਼, ਪਰ ਰੱਬ ਨੇ ਮੈਨੂੰ ਰੱਕੜ ਉੱਤੇ ਸੂਲਾਂ 'ਤੇ ਬੈਠ ਕੇ ਵੀ ਅੰਦਰ ਦਾ ਸੁੱਖ ਦਿੱਤਾ ਹੈ। ਅਗਲੇ ਦੋ ਸ਼ੇਰ ਹੋਰ ਨੇ। ਹਜ਼ੂਰ ਨੇ ਕਿਹਾ, ਕਹਿਣ ਲੱਗੇ, ਜਿਹੜਾ ਸ਼ੇਰ ਦੇ ਕੋਲ ਖਲੋਤਾ ਹੋਵੇ, ਬੁੱਝ ਦਿਲ ਭੇਡ ਬੱਕਰੀ ਅਤੇ ਖਰਨ ਉਹਦਾ ਕੁਝ ਨਹੀਂ ਵਿਗਾੜ ਸਕਦੀ। ਜਿਹਦੇ ਸਿਰ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦਾ ਸਾਇਆ ਹੋਵੇ, ਖੁਮਾ ਜਿਹਦੇ ਉੱਤੇ ਹੋਵੇ, ਚਲਾਕ ਕਾਂ ਉਹਦਾ ਕੁਝ ਵੀ ਨਹੀਂ ਵਿਗਾੜ ਸਕਦੇ। ਖੁਮਾ ਰਾ ਕਸਾ ਸਾਇਆ ਕੇ ਆਇਦ ਬਜ਼ੇਰ, ਬਰੋ ਦਸਤ ਦਾਰਦ ਨਾ ਜਾਗੇ ਦਲੇਰ, ਕਸੇ ਪੁਸ਼ਤ ਉਫਤਦ ਪਸੇ ਸੇਰੇ ਨਰ, ਨਾ ਗੀਰਦ ਬੂਜੋ ਮੇਸ਼ੋ ਆਹੂ ਗੁਜ਼ਰ। ਅਤੇ ਅਗਲੀ ਗੱਲ ਜਿਹੜੀ ਕਹੀ, ਔਰੰਗਜ਼ੇਬ, ਤੁਰਾ ਘਰ ਨਜ਼ਰ ਹਸਤ ਲਸ਼ਕਰ ਵਾ ਜ਼ਰ, ਤੇਰੀਆਂ ਅੱਖਾਂ ਸਾਹਮਣੇ ਫੌਜਾਂ, ਤੇਰੀਆਂ ਅੱਖਾਂ ਸਾਹਮਣੇ ਰੁਪਈਆ, ਤੇਰੀਆਂ ਅੱਖਾਂ ਸਾਹਮਣੇ ਸਿੰਘਾਸਨ, ਤੇਰੀਆਂ ਅੱਖਾਂ ਸਾਹਮਣੇ ਸ਼ਕਤੀ, ਤੂੰ ਅੱਖਾਂ ਨਾਲ ਫੌਜਾਂ ਅਤੇ ਤਾਕਤ ਨੂੰ ਦੇਖਦਾ ਰਿਹਾ, ਅਤੇ ਮੇਰੀਆਂ ਨਜ਼ਰਾਂ ਪਰਮਾਤਮਾ ਦੇ ਸ਼ੁਕਰ ਵਿੱਚ ਗੱਡੀਆਂ ਰਹੀਆਂ। ਤੁਰਾ ਘਰ ਨਜ਼ਰ ਹਸਤ ਲਸ਼ਕਰ ਵਾ ਜ਼ਰ, ਤੇਰੀ ਨਜ਼ਰ ਫੌਜ 'ਤੇ, ਸਿਪਾਹੀਆਂ 'ਤੇ ਸੋਨੇ 'ਤੇ ਹੈ, ਪਰ ਮੇਰੀ ਨਜ਼ਰ ਕੇਵਲ ਪਰਮਾਤਮਾ ਦੇ ਸ਼ੁਕਰ 'ਤੇ ਹੈ। ਤਿੰਨ ਸ਼ੇਰ ਬਸ ਹੋਰ ਨੇ ਕਹਿਣ ਲਈ ਅੱਜ ਦੇ ਦਿਨ ਲਈ। ਕਹਿੰਦੇ ਨੇ, ਕੁਰਾਨ ਦੀ ਕਸਮ ਖਾ ਕੇ ਮੁਕਰੇ ਤੂੰ ਇਮਾਨਦਾਰ ਨਹੀਂ, ਇਹ ਕੱਲ੍ਹ ਵੀ ਸਾਂਝਾ ਕੀਤਾ ਸੀ। ਤੇਰੇ ਕਾਜ਼ੀਆਂ ਨੇ ਫਤਵੇ ਦਿੱਤੇ, ਕਿਤਾਬਾਂ ਖੋਲ੍ਹ ਕੇ ਮੇਰੇ ਪੁੱਤਰਾਂ ਲਈ, ਇਹ ਕਿੱਥੇ ਧਰਮ 'ਚ ਲਿਖਿਆ? ਨਾ ਇਮਾਂ ਪ੍ਰਸਤੀ ਨਾ ਓਜ਼ਾਏ ਦੀ, ਨਾ ਸਾਹਿਬ ਸ਼ਨਾਸੀ ਨਾ ਮੁਹੰਮਦ ਯਕੀਨ। ਨਾ ਇਮਾਂ ਪ੍ਰਸਤੀ, ਤੂੰ ਇਮਾਨਦਾਰ ਨਹੀਂ, ਤੂੰ ਇਮਾਨ ਪ੍ਰਸਤ ਨਹੀਂ, ਤੂੰ ਧਰਮੀ ਨਹੀਂ। ਨਾ ਓਜ਼ਾਏ ਦੀ, ਜਿਹੜੀ ਸ਼ਰ੍ਹਾਂ ਦਾ ਤੂੰ ਰੌਲਾ ਪਾਉਂਦਾ, ਤੂੰ ਸ਼ਰ੍ਹਾਂ ਨੂੰ ਵੀ ਮੰਨਣ ਵਾਲਾ ਨਹੀਂ। ਨਾ ਸਾਹਿਬ ਸ਼ਨਾਸੀ, ਸ਼ਨਾਖਤ, ਤੈਨੂੰ ਸਾਹਿਬ ਦੀ ਪਹਿਚਾਣ ਹੀ ਨਹੀਂ, ਨਾ ਮੁਹੰਮਦ ਯਕੀਨ। ਪਰ ਇੱਕ ਗੱਲ ਚੇਤੇ ਰੱਖੀ, ਚੇ ਮਰਦੀ ਕੇ ਅਗਰ ਖਮੋਸ਼ਾ ਕੁਨੀ, ਕਾਹਦੀ ਮਰਦਾਨਗੀ ਹੋਈ ਤੂੰ ਚੰਗਿਆੜੀਆਂ ਬੁਝਾਉਣ ਵਾਲੇ ਪਾਸੇ ਤੁਰ ਪਿਓ, ਕਿ ਆਤਿਸ਼ ਦਮਾਰਾ ਫਰੋਜ਼ਾ ਕੁਨੀ,
ਚੰਗਿਆੜੀਆਂ ਬੁਝਾਉਣ ਵਾਲਿਆਂ ਤੇਰੇ ਪੈਰਾਂ ਵਿੱਚ ਅਜੇ ਅੱਗ ਦਾ ਭਾਂਬੜ ਬਲਣ ਵਾਲਾ ਹੈ। ਅਖੀਰਲਾ ਇੱਕ ਬਚਨ ਜੋ ਸਾਡੇ 'ਤੇ ਮਾਣ ਕਰਕੇ ਕਿਹਾ ਉਹ ਸੀ ਅਤੇ ਔਰੰਗਜ਼ੇਬ ਨੂੰ ਲਿਖਿਆ। ਆਪਾਂ ਕਹਾਂਗੇ ਆਮ ਕਵੀ ਦੇ ਸ਼ਬਦ ਨਹੀਂ। ਕਹਿਣ ਲੱਗੇ ਚੇ ਮਰਦੀ ਕੇ ਅਖਰ ਖਮੋਸ਼ਾ ਕੁਨੀ ਕੇ ਆਤਿਸ਼ ਦਮਾਰਾ ਫਰੋਜ਼ਾ ਕੁਨੀ ਚਿਆ ਸ਼ੁੱਧ ਕਿ ਚੂੰ ਬਚਗਾ ਕੁਛ ਤੈਂ ਚਾਰ ਕੀ ਖੋਇਆ ਚਾਰ ਪੁੱਤਰ ਕੋਹ ਕੇ ਮਾਰ ਦਿੱਤੇ ਸ਼ਹੀਦ ਕਰ ਦਿੱਤੇ ਅਤੇ ਗੁਰਮੁਖੋ ਇਹਨਾਂ ਸਿੱਖਾਂ 'ਤੇ ਮਾਣ ਕਰਕੇ ਪੁੱਤਰ ਦੇ ਕੇ ਬਾਦਸ਼ਾਹ ਨੂੰ ਕਿਹਾ ਮੇਰੇ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਮੇਰਾ ਖਾਲਸਾ ਪੁੱਤਰ ਅਜੇ ਜਿੰਦਾ ਹੈ। ਚਿਆ ਸ਼ੁੱਧ ਕਿ ਚੂੰ ਬਚਗਾ ਕੁਛ ਤੈਂ ਚਾਰ ਕਿ ਬਾਕੀ ਬੇਮਾਂ ਦਸਤ ਪੇਚੀ ਦੇ ਮਾਰ ਭਾਵੇਂ ਉਹਦੇ ਅਰਥ ਕੁੰਡਲੀਆ ਸਭ ਵੀ ਕੀਤੇ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦੀ ਸ਼ਹਾਦਤ ਨੇ ਇਤਿਹਾਸ ਬਦਲ ਕੇ ਰੱਖ ਦਿੱਤਾ। ਇਤਿਹਾਸ ਨੇ ਕਰਵਟ ਲਈ। ਇੱਕ ਬੇਨਤੀ ਮੈਂ ਸਮਾਪਤੀ ਕਰ ਲੱਗਾ। ਉਹ ਜਿਹੜਾ ਫਤਵੇ ਦਿੰਦਾ ਸੀ, ਉਹ ਜਿਹੜਾ ਕਹਿੰਦਾ ਸੀ ਨਾਗਾਂ ਦੇ ਪੁੱਤ ਨੇ, ਇਤਿਹਾਸਕਾਰਾਂ ਨੇ ਕਿਹਾ ਇਹੀ ਧਰਤੀ ਸੀ, ਇਹੀ ਸਰਹੰਦ ਸੀ। ਗੁਰੂ ਨੇ ਆਪਣਾ ਬੰਦਾ ਭੇਜਿਆ ਅਤੇ ਰਾਤ ਮੈਂ ਉੱਥੇ ਸ਼ਬਦ ਕਹਿ ਸਨ। ਸੰਤ ਰਾਮ ਉਦਾਸੀ, ਚਲੋ ਉਹਦੇ ਖਿਆਲ ਕੀ, ਪਰ ਉਹਦੀ ਕਵਿਤਾ 'ਚੋਂ ਕਿਤੇ ਕਿਤੇ ਅੱਗ ਦੀਆਂ ਚਿੰਗਾੜੀਆਂ ਨਿਕਲਦੀਆਂ। ਉਹ ਕਹਿੰਦਾ ਉਹਨਾਂ ਕਿਹਾ ਹਜ਼ੂਰ ਨੂੰ, ਵੇਖਦਾ ਰਹੀਂ ਤੂੰ ਬੈਠ ਕੰਢੇ ਕਿਵੇਂ ਤਰਨਗੇ ਅਜੀਤ ਜੁਝਾਰ ਬਾਪੂ, ਟੁੱਬੀ ਮਾਰ ਕੇ ਸਰਸਾ ਦੇ ਰੋਡ ਵਿੱਚੋਂ ਕੱਢ ਲਵਾਂਗੇ ਤੇਰੇ ਹੀ ਸਾਰੇ ਗੀਤ। ਪਰ ਇੱਕ ਗੱਲ ਜਿਹੜੀ ਅੰਦਰ ਨੂੰ ਟੁੰਬਦੀ ਸੀ, ਉਹਨੇ ਕਿਹਾ ਕਿ ਇਸ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲ੍ਹਾ ਦਿੱਲੀ ਦਾ ਅਸੀਂ ਚੁਕਾ ਦਿਆਂਗੇ, ਝੋਰਾ ਕਰੀ ਨਾ ਕਿਲ੍ਹੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ। ਜੋ ਅਸਲ ਬੇਨਤੀ ਹੈ ਕਿ ਹਜ਼ੂਰ ਦੇ ਚਰਨਾਂ ਵਿੱਚ ਖਬਰ, ਇੱਧਰ ਬਾਬਾ ਬੰਦਾ ਸਿੰਘ ਬਹਾਦਰ ਦਾ ਸਰਹੰਦ ਉੱਤੇ ਹਮਲਾ, ਚੱਪੜ ਚਿੜੀ ਦਾ ਮੈਦਾਨ, ਉਦੋਂ ਬਾਅਦ ਇੱਟ ਨਾਲ ਇੱਟ ਖੜਕਣੀ। ਅਤੇ ਜੋਗੀ ਨੇ ਲਿਖਿਆ, ਕਹਿੰਦਾ ਜੋਗੀ ਜੀ ਇਸ ਕੇ ਬਾਅਦ ਕੋਈ ਥੋੜ੍ਹੀ ਦੇਰ ਥੀ ਬਸਤੀ ਸਰਹੰਦ ਸ਼ਹਿਰ ਕੀ ਇੰਟੋਂ ਕਾ ਢੇਰ ਥੀ। ਪਰ ਆਹ ਫਤਿਹਗੜ੍ਹ ਅਸਥਾਨ ਜਿੱਥੇ ਗੁਰੂ ਦੇ ਲਾਲਾਂ ਦੀਆਂ ਨੀਆਂ, ਜਿੱਥੇ ਠੰਡਾ ਬੁਰਜ ਹੈ, ਇੱਥੇ ਆਪ ਜੀ ਸਜਦਾ ਕਰਨ ਆਉਂਦੇ ਹੋ ਹਰ ਸਾਲ। ਸਿਰਫ ਮੈਂ ਸੰਖੇਪ ਜਿਹੀ ਜਿੰਨੀ ਕੁ ਅੰਦਰ ਦੀ ਭਾਵਨਾ ਸੀ ਉਹ ਆਪ ਨਾਲ ਸਾਂਝੇ ਕਰ ਚੁੱਕਾ ਹਾਂ ਵਿਚਾਰ। ਸਿਰਫ ਇੱਕੋ ਬੇਨਤੀ ਹੈ, ਇਹਨਾਂ ਦਿਨਾਂ 'ਤੇ ਵੱਧ ਚੜ੍ਹ ਕੇ ਇਸ ਅਸਥਾਨ 'ਤੇ ਆਓ, ਜਿਵੇਂ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਹੁਣਾਂ ਕਿਹਾ, ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ, ਭਾਵੇਂ ਪਹਿਲਾਂ ਜੋੜ ਮੇਲੇ ਤੋਂ, ਭਾਵੇਂ ਬਾਅਦ ਇੱਕ ਦੋ ਦਿਨ, ਮੱਥੇ ਟੇਕ ਕੇ ਇਕੱਲਾ ਚੱਕਰ ਲਾ ਕੇ ਨਹੀਂ, 10 ਕੁ ਮਿੰਟ ਬੁਰਜ ਬਿਠਾ ਕੇ ਉਹ ਸਾਖੀ ਸੁਣਾਈਏ ਇੱਥੇ ਗੁਰੂ ਦੇ ਲਾਲ ਬੈਠੇ ਨੇ, ਆ ਨੀਆਂ ਨੇ। ਅਤੇ ਜੋ ਗੱਲ ਭਾਈ ਸਾਹਿਬ ਨੇ ਕਹੀ ਕਿ ਇਸ ਇਲਾਕੇ ਵਿੱਚੋਂ ਤਾਂ ਕੋਈ ਐਸਾ ਬੰਦਾ ਦਿਸਣ ਹੀ ਨਹੀਂ ਚਾਹੀਦਾ ਜਿਹਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਦੀ ਝਲਕ ਨਾ ਪੈਂਦੀ ਹੋਵੇ। ਹਰ ਸਿੱਖ ਸਾਬਤ ਸੁਰਤ ਹੋਵੋ, ਅੰਮ੍ਰਿਤ ਦੀ ਦਾਤ ਲਈਏ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਦੀ ਟੇਕ ਨਾ ਲਈਏ। ਵੱਧ ਤੋਂ ਵੱਧ ਸਿਮਰਨ, ਜਦੋਂ ਬਾਣੀ ਸਿਮਰਨ ਨਾਲ ਜੁੜਾਂਗੇ ਇਸ ਜ਼ਿੰਦਗੀ ਦਾ ਪਾਰ ਉਤਾਰਾ ਹੋਵੇਗਾ। ਅੱਜ ਦੇ ਇਹ ਦੀਵਾਨ, ਸਿਰਫ ਇੱਕੋ ਇੱਛਾ ਸੀ ਜੋ ਭਾਈ ਸਾਹਿਬ ਨੇ ਵੀ ਸਾਂਝੀ ਕੀਤੀ ਵੀ ਜੋੜ ਮੇਲੇ ਹਰ ਸਾਲ ਹੁੰਦੇ ਨੇ ਅਤੇ ਹੋਣੇ ਨੇ, ਹੁੰਦੇ ਰਹਿਣਗੇ। ਬਸ ਇੱਕ ਇੱਛਾ ਸੀ ਵੀ ਤਿੰਨਾਂ ਥਾਵਾਂ 'ਤੇ ਕੀਰਤਨੀਏ ਪ੍ਰਚਾਰਕਾਂ ਨੂੰ ਬੇਨਤੀ ਕਰਕੇ ਵੀ ਉਸ ਗੁਰੂ ਦੇ ਪੁੱਤਰਾਂ ਦੇ ਖੂਨ ਦੀਆਂ ਸਾਖੀਆਂ ਅਤੇ ਸ਼ਬਦ ਸੁਣਾ ਕੇ ਆਪਣੇ ਨਿਆਣੇ ਪਾਲੀ ਜਾਂਦੇ ਹਾਂ, ਉਹਨਾਂ ਨੂੰ ਅੰਦਰੋਂ ਸਜਦਾ ਤਾਂ ਕਰੀਏ। ਪਰ ਇਸ ਮਿਸ਼ਨ ਨੂੰ ਲੈ ਕੇ ਸੀ ਪ੍ਰਬੰਧਕ ਵੀਰਾਂ ਦਾ, ਇੱਥੋਂ ਦੇ ਭਾਈ ਸਾਹਿਬ ਜੀ, ਭਾਈ ਹਰਪਾਲ ਸਿੰਘ ਜੀ, ਪੰਜੋਲੀ ਸਾਹਿਬ, ਗੁਰਮੁਖ ਪਿਆਰੇ MLA ਸਾਹਿਬ ਬੈਠੇ ਨੇ, ਮੈਨੇਜਰ ਸਾਹਿਬ, ਇਹ ਸਾਡੇ ਸਾਰਿਆਂ ਦਾ ਧੰਨਵਾਦ, ਸਭਾ ਸੁਸਾਇਟੀਆਂ ਦਾ ਜਿਨ੍ਹਾਂ ਨੇ ਸੇਵਾ 'ਚ ਸਾਰੇ ਸ਼ਹਿਰ ਨੇ, ਇਲਾਕੇ ਨੇ ਸਹਿਯੋਗ ਪਾਇਆ। ਤੁਸੀਂ ਹੌਸਲਾ ਦਿਓ, ਸੰਗਤ ਥਾਪੜਾ ਦੇਵੇ। ਅਤੇ ਮੇਰੀ ਇੱਛਾ ਇਹ ਵੇ ਹਰ ਸਾਲ ਜਿਵੇਂ ਭਾਈ ਸਾਹਿਬ ਨੇ ਕਹਿ ਕੇ ਗਏ, ਇਹ ਗੁਰਮਤ ਦੀਵਾਨ ਨਿਰੋਲ ਸਿਰਫ ਕੀਰਤਨ ਬਾਣੀ ਸਿਮਰਨ ਅਤੇ ਗੁਰੂ ਦੇ ਲਾਲਾਂ ਨੂੰ ਸਮਰਪਿਤ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।